ਬਿੰਦਨੋ ਸਿਮਰਾਉ ਸ੍ਰੀ ਹਰਿ ਰਾਜ ਚਾਰ ਸ਼ਤਰਾ ਸਿੰਘਾਸਨ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਵਿਖੇ ਅਰਦਾਸ ਬੇਨਤੀ ਹੈ ਜੀ ਮਹਾਰਾਜ। ਪਾਵਨ ਬਾਣੀ ਦਾ ਪ੍ਰਮਾਣ ਹੈ ਜੀ, ਸਭ ਨਾਹਾ ਮਰਨਾ ਆਇਆ ਵਿਛੋੜਾ ਸਭ ਨਾਹਾ ਪੁੱਛੋ ਜਾਏ ਸਿਆਣਿਆ ਆਕੇ ਮਿਲਣ ਕੇ ਨਾਹਾ ਦੇ ਮਹਾਨ ਵਚਨਾ ਅਨੁਸਾਰ ਦਾਰਕਾ ਦੇ ਪੀਤਵਾਰ ਮਾਤਾ ਨਛੱਤਰ ਕੌਰ ਆਪ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਖਰਚਦਿਆਂ ਹੋਇਆ ਮਾਤ ਲੋਕ ਦੀ ਯਾਤਰਾ ਕਰਦਿਆਂ ਹੋਇਆ ਲੋਕ ਤੋਂ ਪਰਲੋਕ ਨੂੰ ਗਮਨ ਕਰਕੇ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਗ੍ਰਹਿ ਵਿਖੇ ਉਹਨਾਂ ਦੀ ਯਾਦ ਦੇ ਵਿੱਚ ਸ੍ਰੀ ਸਾਹਿਬ ਪਾਠ ਜੀ ਦੇ ਗੋਡੇ ਨਾਸਰੀ ਮਹਲਾ ਚੌਥਾ ਹਮ ਅੰਦੁਲੇ ਅੰਡ ਬਿਖੈ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ ਹਮ ਅੰਦੁਲੇ ਅੰਡ ਬਿਖੈ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮਨ ਹੋ ਹਰ ਹਰ ਕਥਾ ਨਿਰਾਲੀ ਰਹਾ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵੋ ਬੇਗ ਬੇਗਾਲੀ ਸਤਿਗੁਰ ਸੇਵ ਖਰਚ ਹਰ ਪੰਥ ਮਤ ਜਾਨੋ ਆਜ ਕੇ ਕਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਨਾ ਪਗਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਜ਼ੂਰੀ ਚ ਜੁੜ ਬੈਠੀ ਹੈ ਗੁਰਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹਾ ਜੀ ਦੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੀ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ ਸਾਡੇ ਬਾਬਾ ਜੀ ਨਛੱਤਰ ਕੌਰ ਆਪਾਂ ਉਹਦੀ ਅੰਤਮ ਅਰਦਾਸ ਵਿੱਚ ਸਭ ਰਿਸ਼ਤੇਦਾਰ ਮਾਈ ਭਾਈ ਸਾਧ ਸੰਬੰਧੀ ਜਿਵੇਂ ਭਾਈ ਸਾਹਿਬ ਜੀ ਨੇ ਬਹੁਤ ਅੱਛੇ ਲਹਿਜੇ ਵਿੱਚ ਸਾਨੂੰ ਦੱਸਿਆ ਵੀ ਇਹ ਅੰਤਮ ਅਰਦਾਸ ਜਿਹੜੀ ਹੈ ਉਸ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਉਹ ਮਾਲਕ ਇਹੋ ਜਿਹੀਆਂ ਰੂਹਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ। ਦਸ ਨੂੰ ਹੁਕਮ ਹੋਇਆ ਹੈ ਕਿ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਵੇ ਕਿਉਂਕਿ ਸ਼ਮੂਲੀਅਤ ਤਾਂ ਬਹੁਤ ਬਹੁਤ ਅੱਛੀਆਂ ਸ਼ਖਸੀਅਤਾਂ ਦੀ ਸਾਡੇ ਵਿੱਚ ਕੁਛ ਆ ਰਹੀਆਂ ਸੀ, ਕੁਛ ਆ ਕੇ ਚੱਲ ਗਈਆਂ, ਕੁਛ ਬੈਠੀਆਂ ਹੋਈਆਂ ਹਨ ਅਤੇ ਸਮੇਂ ਦੀ ਨਜਾਕਤ ਨੂੰ ਦੇਖਦਿਆਂ ਹੋਇਆਂ ਸੋ ਦਾਸ ਹਰ ਇੱਕ
ਸ਼ਖਸ ਦੀ ਹਰ ਸ਼ਖਸੀਅਤ ਦਾ ਇੱਕ ਇੱਕ ਕਦਮ ਜਿਹੜਾ ਹੈ ਉਹ ਸਾਡੇ ਸਿਰ ਵਰਤੇ ਹੈ। ਸੋ ਮੈਂ ਇਸ ਸ਼ਖਸੀਅਤ ਦੇ ਬਾਰੇ MLA ਸਾਹਿਬ ਆਏ ਸੀ, ਸੋ ਸਾਰਿਆਂ ਦਾ ਤਹਿ ਦਿਲ ਤੋਂ ਪਰਿਵਾਰ ਵੱਲੋਂ, ਮੇਰੇ ਵੱਲੋਂ, ਦੁਆਬਾ ਖਾਲਸਾ ਟਰੱਸਟ ਵੱਲੋਂ, ਸਾਰਿਆਂ ਵੱਲੋਂ ਇੱਕ ਇੱਕ ਉਹਨਾਂ ਦਾ ਜਿਹੜਾ ਕਦਮ ਹੈ ਉਹ ਸਾਡੇ ਸਿਰ ਮੱਥੇ ਹੈ, ਸਾਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਦਿਲਾਸਾ ਦੇਣ ਦਾ। ਇੱਕ ਵਾਰ ਫਿਰ ਪਠਾਨਕੋਟ ਤੋਂ ਵੀ ਆਏ ਹੋਏ ਹਨ, ਮੇਰਾ ਖਿਆਲ ਸ਼ਾਇਦ ਮੈਂ ਕਈਆਂ ਦਾ ਜੇ ਨਾਂ ਨਾ ਲਾਵਾਂ ਤਾਂ ਜਿਵੇਂ ਉਹਨਾਂ ਨੇ ਕਿਹਾ ਕਿ ਗੁਰੂ ਮਹਾਰਾਜ ਜਾਣਦੇ ਹਨ ਕਿ ਕਿਹਨਾਂ ਦਿਨਾਂ ਦੀ ਹਾਜ਼ਰੀ ਹੈ। ਸੋ ਇੰਨਾ ਕੁਛ ਕਹਿੰਦਾ ਹੋਇਆ ਕਿ ਮੈਂ ਤਾਂ ਜਾ ਚੁੱਕਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸੋਨਿਹਾ। ਹੁਣ ਮੈਂ ਬੇਨਤੀ ਕਰਾਂ, ਜਾਏ ਜਿਨ੍ਹਾਂ ਗੁਰ ਦਰਸ਼ਨ ਡਿਠਾ, ਬਲਹਾਰੀ ਤਿੰਨਾ ਗੁਰਸਿੱਖਾਂ, ਪੈਰੀ ਪੈ ਗੁਰਸਭਾ ਬੈਠਾ, ਬਲਹਾਰੀ ਤਿੰਨਾ ਗੁਰਸਿੱਖਾਂ, ਗੁਰਮਤ ਬੋਲ ਬੋਲਦੇ ਮਿੱਠਾ, ਬਲਹਾਰੀ ਤਿੰਨਾ ਗੁਰਸਿੱਖਾਂ, ਪੁੱਤਰ ਮਿੱਤਰ ਗੁਰ ਭਾਈ ਇੱਠਾ, ਬਲਹਾਰੀ ਤਿੰਨਾ ਗੁਰਸਿੱਖਾਂ, ਗੁਰਸੇਵਾ ਜਾਣਨ ਅਬਰਿੱਠਾ, ਬਲਹਾਰੀ ਤਿੰਨਾ ਗੁਰਸਿੱਖਾਂ, ਆਪ ਤਰੇ ਤਰੇਨ ਸਰਿਠਾ, ਗੁਰਸਿੱਖ ਮਿਲਿਆ ਪਾਪ ਪਨਿਠਾ। ਪਰਮ ਸਨਮਾਨ ਜੋ ਚਵਰ ਛਤਰ ਤਖ਼ਤ ਸਿੰਘਾਸਨ ਦੇ ਮਾਲਕ ਰਾਜਾਨ ਰਾਜ ਪਨਾਨ ਪਾਨ ਦੀਵਾਨ ਦੇਵ ਮਾ ਮਹਾਨ, ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਮਨੁੱਖਤਾ ਦੀ ਇੱਕੋ ਇੱਕ ਆਸ, ਸਾਂਝੀਵਾਲਤਾ ਦੇ ਪ੍ਰਤੀਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਮੁਬਾਰਕ ਗੋਦ ਅੰਦਰ ਸਾਜੀ ਬਰਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ, ਜਿਵੇਂ ਕਿ ਸਰਬੱਤ ਮਾਈ ਭਾਈ ਗੁਰੂ ਪਿਆਰੀਆਂ ਸੰਗਤਾਂ ਜਾਣੂ ਨੇ ਕਿ ਮਾਤਾ ਨਛੱਤਰ ਕੌਰ ਜੀ ਜਿਤਨਾ ਪਰਮੇਸ਼ਵਰ ਦੇ ਵੱਲੋਂ ਉਹਨਾਂ ਨੂੰ ਸਮਾਂ ਮਿਲਿਆ ਸੀ ਇਸ ਦੁਨੀਆਂ ਦੇ ਵਿੱਚ ਵਿਚਰਨ ਦਾ, ਉਹਨਾਂ ਸਵਾਸਾਂ ਨੂੰ ਯੋਗ ਢੰਗ ਦੇ ਨਾਲ ਵਰਤਦੇ ਵਰਤਾਉਂਦੇ, ਖਰਚਦੇ ਖਰਚਾਉਂਦੇ ਉਸ ਪਰਮੇਸ਼ਵਰ ਦੇ ਚਰਨਾਂ ਵਿੱਚ ਜਾਪ ਰਾਜੇ, ਪਿੱਛੋਂ ਸਾਧ ਸੰਗਤ ਉਹਨਾਂ ਦੇ ਸਕੇ ਸੰਬੰਧੀਆਂ ਨੇ, ਪਰਿਵਾਰ ਨੇ, ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ, ਪੁੱਤਰ ਸਾਹਿਬਾਨ, ਸਮੁੱਚੇ ਪਰਿਵਾਰ ਨੇ, ਵੱਡੇ ਛੋਟੇ ਪਰਿਵਾਰ ਨੇ ਮਿਲ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਅੰਤਮ ਅਰਦਾਸ ਦੇ ਰੂਪ ਦੇ ਵਿੱਚ ਆਪਾਂ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਬਿਰਾਜਮਾਨ ਹੋਏ ਹਾਂ। ਆਓ ਜਿੱਥੇ ਆਪਾਂ ਮਾਤਾ ਜੀ ਦੇ ਨਿਮਿਤ ਅਰਦਾਸ ਵਿੱਚ ਸ਼ਾਮਿਲ ਹੋਣਾ ਹੈ,
ਉੱਥੇ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਝੋਲੀ ਅੱਡਣ ਦਾ ਯਤਨ ਕਰੀਏ, ਕਿਉਂ ਕਰਕੇ ਜ਼ਿੰਦਗੀ ਦੇ ਵੱਖਰ ਦਾ ਤੇ ਸਾਨੂੰ ਵੀ ਪਤਾ ਨਹੀਂ ਉਹ ਜ਼ਿੰਦਗੀ ਦਾ ਵੱਖਰ ਕੀ ਹੈ। ਅਸੀਂ ਦੁਨੀਆਂ ਦੇ ਵਿੱਚ ਕੀ ਲੈਣ ਵਾਸਤੇ ਆਏ ਹਾਂ, ਸਾਡੀ ਜ਼ਿੰਦਗੀ ਦਾ ਏਮ ਕੀ ਹੈ, ਲਕਸ਼ ਕੀ ਹੈ, ਕੀ ਲੈਣਾ, ਕਿੱਥੋਂ ਮਿਲਣਾ ਹੈ, ਕਿਵੇਂ ਮਿਲਣਾ ਹੈ, ਇਹ ਸਾਰੀਆਂ ਗੱਲਾਂ ਸੁਣਨ ਵਾਸਤੇ ਆਪਾਂ ਗੁਰੂ ਦੇ ਦੁਆਰੇ ਤੇ ਆਏ ਹਾਂ। ਆਓ ਸਾਰਿਆਂ ਤੋਂ ਪਹਿਲਾਂ ਸਾਧ ਸੰਗਤ ਤਨ ਦੀ ਮਨ ਦੀ ਇਕਾਗਰਤਾ ਦੇ ਵਾਸਤੇ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੁਹਰਾਈਏ। ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਵੱਖਰ ਕੀ ਹੈ ਜਿਹਨੂੰ ਲੈਣ ਵਾਸਤੇ ਅਸੀਂ ਦੁਨੀਆਂ ਵਿੱਚ ਆਏ ਹਾਂ। ਗੁਰੂ ਅਰਜਨ ਦੇਵ ਮਹਾਰਾਜ ਦੇ ਬੜੇ ਪਿਆਰੇ ਬਚਨ ਨੇ, ਜਿਸ ਵੱਖਰ ਕੋ ਲੈਣ ਤੂੰ ਆਇਆ, ਤੇ ਨਾਲ ਹੀ ਕਹਿ ਦਿੱਤਾ ਉਹ ਵੱਖਰ ਕਿੱਥੇ ਪਿਆ, ਸਤ ਸੰਗਤ ਵਿੱਚ ਬਾਣੀ ਵਾਲੇ ਪਾਸੇ ਜਾਈ, ਜਿੰਨੇ ਕੁ ਤੈਨੂੰ ਸਵਾਸ ਮਿਲੇ ਉਹਨਾਂ ਨੂੰ ਰੱਬ ਦੇ ਚਰਨਾਂ ਨਾਲ ਜੋੜ, ਉਹਦਾ ਸਿਮਰਨ ਕਰ ਉਸ ਮਾਲਕ ਦਾ। ਮਹਾਰਾਜ ਆਖਣ ਲੱਗੇ ਇੱਥੇ ਤੈਨੂੰ ਵੱਖਰ ਦੀ ਪ੍ਰਾਪਤੀ ਹੋਏਗੀ, ਕਿਸੇ ਵਹਿਮ ਭਰਮ ਵਿੱਚ ਕਿਸੇ ਪਖੰਡ ਵਿੱਚ ਪੈ ਕਰਕੇ ਨਹੀਂ। ਗੁਰੂ ਪਿਆਰੀ ਸਾਧ ਸੰਗਤ, ਸਾਡੀ ਜ਼ਿੰਦਗੀ ਦੇ ਚਾਰ ਸੰਸਕਾਰ ਨੇ, ਜਨਮ ਤੇ ਨਾਮ ਸੰਸਕਾਰ, ਫਿਰ ਆਨੰਦ ਸੰਸਕਾਰ, ਫਿਰ ਅੰਮ੍ਰਿਤ ਸੰਸਕਾਰ, ਤੇ ਚੌਥਾ ਸੰਸਕਾਰ ਆ ਜਿਹੜਾ ਮ੍ਰਿਤਕ ਸੰਸਕਾਰ ਹੈ। ਜਦੋਂ ਮਨੁੱਖ ਸਾਧ ਸੰਗਤ ਕੋਈ ਚੜ੍ਹਾਈ ਕਰ ਜਾਏ, ਸਾਡੇ ਪਰਿਵਾਰ ਦੇ ਵਿੱਚੋਂ ਐਸੀ ਘਟਨਾ ਵਾਪਰ ਜਾਏ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਸਾਧ ਸੰਗਤ ਫਿਰ ਸਾਰਾ ਕਾਰਜ ਹੋਣਾ ਚਾਹੀਦਾ ਹੈ। ਕਿਵੇਂ ਸਾਰਾ ਕੁਝ ਹੋਈਏ, ਇਹਨਾਂ ਸਮਿਆਂ ਤੇ ਬਹੁਤ ਵੱਡਾ ਪਖੰਡ ਵੀ ਕੀਤਾ ਜਾਂਦਾ ਸੀ, ਪਰ ਗੁਰੂ ਨੇ ਸਾਧ ਸੰਗਤ ਬਾਣੀ ਦੇ ਲੜ ਲਾਇਆ। ਕੇਵਲ ਤਾਂ ਕੇਵਲ ਸ਼ਬਦ ਆਸਰਾ ਲੈ ਕਰਕੇ, ਬਾਣੀ ਦਾ ਆਸਰਾ ਲੈ ਕਰਕੇ ਇਸ ਵਕਤ ਉਸ ਪਰਮੇਸ਼ਵਰ ਦੇ ਚਰਨਾਂ ਵਿੱਚ ਅਰਦਾਸ ਹੋਣੀ ਚਾਹੀਦੀ ਹੈ। ਜਿਸ ਵੱਖਰ ਕੋ ਲੈਣ ਤੋਂ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਪਮਾਨ ਲੇ ਮਨ ਬੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤ ਹੈ ਸੰਗਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹੇ ਸਭ ਕੋਏ। ਮਹਾਰਾਜ ਆਖਣ ਲੱਗੇ ਵੇਖ ਤੈਨੂੰ ਦੁਨੀਆਂ ਕਿਵੇਂ ਧਨ ਧਨ ਕਹੇਗੀ, ਫਿਰ ਤੂੰ ਰੱਬ ਦੇ ਚਰਨੀ ਜੁੜ ਕਰਕੇ ਤਾਂ ਵੇਖ। ਮੈਂ ਇੱਥੇ ਬੇਨਤੀ ਕਰਨਾ ਚਾਹੁੰਦਾ, ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਜੀ ਗਿਆਨੀ ਅਮਰੀਕ ਸਿੰਘ ਜੀ ਬਿਰਾਜਮਾਨ ਨੇ, ਪਿਛਲੇ ਸਮੇਂ ਦੌਰਾਨ ਵੀ ਉਹਨਾਂ ਨੇ ਮੇਰੀ ਸੇਵਾ ਲਾਈ ਸੀ, ਪਰ ਸਾਧ ਸੰਗਤ ਮੈਂ ਪਹੁੰਚ ਨਹੀਂ ਸਕਿਆ, ਉਹਦੇ ਵਾਸਤੇ ਮੈਂ ਮਾਫ਼ੀ ਵੀ ਮੰਗਣ ਵਾਸਤੇ ਆਇਆ। ਸੋ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਸਮਤ ਬਖਸ਼ਿਸ਼ ਕਰਨ, ਤਾਂ ਜੋ ਸੰਗਤਾਂ ਦੇ ਸਾਧ ਸੰਗਤ ਦੱਸੇ ਮੁਤਾਬਕ ਚੱਲ ਕਰਕੇ ਗੁਰੂ ਪਿਆਰੀਆਂ ਸੰਗਤਾਂ ਦੀ ਸੇਵਾ ਕਰਕੇ ਜੀਵਨ ਨੂੰ ਸਫਲਾ ਕਰ ਸਕੀਏ। ਤਾਜੇ ਅਭਮਾਨ ਲੇ ਮਨ ਬੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤ ਸੰਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹੇ ਸਭ ਕੋਈ, ਮੁੱਖ ਉੱਜਲ ਹਰ ਦਰ ਕਹਿ ਸੋਏ। ਮਹਾਰਾਜ ਆਖਣ ਲੱਗੇ ਇਵੇਂ ਤੇਰਾ ਮੁੱਖ ਉੱਜਲ ਹੋ ਜਾਏਗਾ ਪਰਮੇਸ਼ਵਰ ਦੇ ਚਰਨਾਂ ਵਿੱਚ, ਆਹ ਗੱਲ ਆਪਣੇ ਜੀਵਨ ਦੇ ਭਲੇ ਬੰਦਾ। ਆਮ ਕਰਕੇ ਸਾਰੇ ਧਾਰਮਿਕ ਗ੍ਰੰਥਾਂ ਨੇ, ਸਾਰਿਆਂ ਧਰਮਾਂ ਨੇ ਸਾਧ ਸੰਗਤ ਮੌਤ ਤੋਂ ਬਾਅਦ ਮੁਕਤੀ ਦੀ ਗੱਲ ਕੀਤੀ, ਵੀ ਮੌਤ ਤੋਂ ਬਾਅਦ ਕੋਈ ਰਸਮਾਂ ਕਰਨੀਆਂ ਪੈਣਗੀਆਂ, ਆਹ ਕਰਨਾ ਪਏਗਾ, ਉਹ ਕਰਨਾ ਪਏਗਾ, ਫਿਰ ਮੁਕਤੀ ਮਿਲੇਗੀ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਜਿਉਂਦੀ ਮੁਕਤੀ ਦੀ ਗੱਲ ਕੀਤੀ ਹੈ। ਮਹਾਰਾਜ ਕਹਿੰਦੇ ਮਰ ਕਰਕੇ ਮੁਕਤੀਆਂ ਨਹੀਂ ਮਿਲਦੀਆਂ, ਜਿਉਂਦੇ ਜੀ ਮੁਕਤੀ ਮਿਲੇਗੀ, ਆਪਣਾ ਹੱਥੀ ਆਪਣਾ ਆਪ ਹੀ ਕਾਰਜ ਸਵਾਰੀ ਹੈ, ਤੇ ਇਹਨੂੰ ਜਿਉਂਦੇ ਜੀ ਆਪਣੇ ਸਵਾਸ ਗੁਰੂ ਦੇ ਚਰਨਾਂ ਨਾਲ ਜੁੜਨੇ ਪੈਣਗੇ। ਮਰ ਕਰਕੇ ਤਾਂ ਸਰੀਰ ਮਿੱਟੀ ਹੁੰਦਾ ਹੈ, ਸਰੀਰ ਸਵਾਹ ਹੋ ਜਾਂਦਾ, ਜੇ ਸਾਧ ਸੰਗਤ ਪ੍ਰਾਪਤੀ ਹੋਣੀ ਤੇ ਜਿਉਂਦੇ ਜੀ ਪ੍ਰਾਪਤੀ ਹੋਣੀ ਹੈ। ਬਾਬਾ ਬੇਣੀ ਜੀ ਦੇ ਬਚਨ ਹੈ, ਬੇਣੀ ਕਹੇ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ, ਮਰ ਕਰਕੇ ਮੁਕਤੀ ਨਹੀਂ। ਗੁਰਬਾਣੀ ਨੇ ਸਾਧ ਸੰਗਤ ਜਿਉਂਦੀ ਜਾਗਦੀ ਜ਼ਿੰਦਗੀ ਨੂੰ ਸਫਲ ਕਰਨ ਵਾਸਤੇ ਉਪਦੇਸ਼ ਸਾਨੂੰ ਦਿੱਤੇ, ਤੂੰ ਕਿੱਦਾਂ ਦਾ ਕੰਮ ਕਰ ਪਿੰਡ ਵਿੱਚ ਰਹਿੰਦਿਆਂ ਹੋਇਆਂ, ਕਿੱਦਾਂ ਦੇ ਸਾਧ ਸੰਗਤ ਤੇਰੇ ਸੰਸਕਾਰ ਅੰਦਰ ਹੋਣੇ ਚਾਹੀਦੇ ਹੈ, ਤੂੰ ਰੱਬ ਦੇ ਦਰ ਤੇ ਪ੍ਰਵਾਨ ਹੋ ਸਕਦਾ।
ਖਾਸਾ ਮੇਰਾ ਧਿਆਨ ਚਲੇ ਗਿਆ ਭਾਈ ਲਾਲੋ ਜੀ ਵੱਲ। ਪਰ ਦੇਖੋ ਲਾਲੋ ਨੇ ਕੋਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਸੰਦੇਸ਼ ਨਹੀਂ ਸੀ ਭੇਜਿਆ, ਮਹਾਰਾਜ ਮੇਰੇ ਘਰੇ ਆਉਣੇ ਸੀ, ਪਰ ਬਾਬਾ ਉਹਦੇ ਘਰੇ ਕਿਉਂ ਜਾ ਰਿਹਾ? ਉਧਰ ਮਲਕ ਭਾਗੋ ਵਾਰ ਵਾਰ ਬੰਦੇ ਭੇਜ ਰਿਹਾ ਸੀ, ਮਹਾਰਾਜ ਮੇਰੇ ਘਰੇ ਆਓ। ਮਹਾਰਾਜ ਕਹਿੰਦੇ ਮਲਕ ਭਾਗੋ ਤੇਰੇ ਵਾਸਤੇ ਟਾਈਮ ਨਹੀਂ ਹੈ ਮੇਰੇ ਪਾਸ। ਮਲਕ ਭਾਗੋ ਵਾਰ ਵਾਰ ਸੰਦੇਸ਼ ਭੇਜਦਾ ਪਿਆ, ਆਪ ਹੱਥ ਜੋੜਦਾ ਪਿਆ, ਮਹਾਰਾਜ ਮੇਰੇ ਘਰੇ ਆਓ, 36 ਪ੍ਰਕਾਰ ਦੇ ਭੋਜਨ ਪਕਵਾਨ ਬਣੇ ਹੋਏ ਨੇ ਸ਼ਗੋਆਣ ਕਰਕੇ। ਬਾਬਾ ਨਾਨਕ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈ ਤੇਰੇ ਵਾਸਤੇ। ਭਾਈ ਲਾਲੋ ਦੇ ਘਰ ਦੇ ਵਿੱਚੋਂ ਸਾਧਸਾ ਬਾਬੇ ਦਾ ਹਿੱਲਣ ਨੂੰ ਜੀ ਨਹੀਂ ਕਰਦਾ ਪਿਆ। ਕਾਰਨ ਕੀ? ਉਹ ਕਿਰਤ ਕਰਦਾ ਸੀ ਤੇ ਰੱਬ ਕਿਰਤੀਆਂ ਦੀ ਗੱਲ ਸੁਣਦਾ ਹੈ। ਜਿਹਨੇ ਅੰਦਰੋਂ ਮੁਹੱਬਤ ਹੈ ਨਾ ਸਾਧ ਸੰਗਤ ਜੀ, ਉਹਨੂੰ ਗੁਰੂ ਨੂੰ ਸਦਾ ਵੀ ਦੇਣ ਦੀ ਲੋੜ ਨਹੀਂ ਪੈਂਦੀ, ਗੁਰੂ ਤੇ ਆਪ ਖੁਦ ਆਉਂਦਾ ਉਹਦੇ ਘਰੇ। ਫਿਰ ਉਹਦੀ ਕਿਰਤ ਚੰਗੀ ਸੀ, ਉਹ ਅੰਦਰੋਂ ਆਵਾਜ਼ਾਂ ਵੱਜ ਰਹੀਆਂ ਸਨ ਉਹਦਿਓਂ, ਮਲਕ ਭਾਗੋ ਸਿਰ ਬਾਹਰੋਂ ਆਵਾਜ਼ਾਂ ਮਾਰ ਰਿਹਾ ਸੀ। ਮੇਰੇ ਸੱਚੇ ਪਾਤਸ਼ਾਹ ਜੀ ਨੇ ਵਾਰ ਵਾਰ ਬਾਣੀ ਅੰਦਰ ਇਸ ਗੱਲ ਦਾ ਜ਼ਿਕਰ ਕੀਤਾ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਸੱਚੇ ਉਹਨੇ ਜਿਹਨਾਂ ਦੇ ਅੰਦਰ ਮੁਹੱਬਤ ਹੈ। ਅੰਦਰੋਂ ਆਵਾਜ਼ਾਂ ਵੱਜਦੀਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਦੇ ਸਾਡੇ ਤੋਂ ਦੂਰ ਨਹੀਂ, ਜਿੱਥੇ ਵੀ ਜਾਈਏ ਉਹ ਸਤਿਗੁਰੂ ਮੇਰੇ ਨਾਲ ਹੈ। ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ, ਉਹ ਹਰ ਇੱਕ ਥਾਂ ਤੇ ਮੇਰਾ ਮਦਦਗਾਰ ਹੈ। ਕਿਰਤ ਜਦੋਂ ਸੱਚੀ ਹੋ ਜਾਵੇ, ਰੱਬ ਨੂੰ ਲੱਭਣ ਦੀ ਲੋੜ ਨਹੀਂ ਪੈਂਦੀ, ਰੱਬ ਤੇ ਖੁਦ ਉਹਨਾਂ ਨੂੰ ਲੱਭਦਾ ਫਿਰ ਅਣ ਕਰਕੇ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ, ਸਾਰੀ ਦੁਨੀਆਂ ਤੇਰੀ ਹੋ ਜਾਏਗੀ, ਤੂੰ ਆਪਣਾ ਮਨ ਮੇਰੇ ਅਰਪਣ ਕਰ ਦੇ, ਮਨ ਵੇਚ ਤੇਰੇ ਸਾਰੇ ਕਾਰਜ ਰਾਜ ਤੂੰ ਆਪ ਕਰੇਗਾ। ਸੋ ਸਾਸਾ ਸਮਾਂ ਤੇ ਮੇਰੇ ਕੋਲ ਬਿਲਕੁਲ ਥੋੜਾ, ਕਿਉਂ ਕਰਕੇ ਸਤਿਕਾਰਯੋਗ ਰਾਗੀ ਜਥਾ ਵੀ ਪਹੁੰਚਿਆ ਹੋਇਆ, ਉਹਨਾਂ ਨੇ ਆਪ ਜੀ ਨੂੰ ਗੁਰਬਾਣੀ ਕੀਰਤਨ ਕਥਾ ਨਾਲ ਨਿਹਾਲ ਕਰਨਾ ਹੈ। ਬੇਨਤੀ ਕਰਾਂ ਸਾਸਾ, ਇਸ ਵਕਤ ਗੁਰੂ ਨੇ ਸਾਨੂੰ ਹੁਕਮ ਕੀ ਕੀਤੇ, ਸਾਰੀ ਮਰਿਆਦਾ ਜਿਹੜੀ ਉਹਨਾਂ ਬਚਨਾਂ ਨੂੰ ਵਿਚਾਰ ਕਰਕੇ ਲਿਖੀ ਗਈ ਸਾਰੀ। ਜਦੋਂ ਆਪਾਂ ਰਾਮਕਲੀ ਰਾਗ ਦੇ ਵਿੱਚ ਅਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਕਮਾਲ ਦੀ ਗੱਲ ਹੈ ਸਾਸਾ, ਜਦੋਂ ਸਿੱਖ ਦੇ ਘਰ ਵਿੱਚ ਬੱਚੇ ਦਾ ਜਨਮ ਹੋਇਆ ਉਦੋਂ ਵੀ ਅਨੰਦ ਸਾਹਿਬ ਦੀ ਬਾਣੀ, ਤੇ ਜਦੋਂ ਘਰ ਦੇ ਵਿੱਚ ਕੋਈ ਸਰੀਰ ਚੜ੍ਹਾਈ ਕਰ ਜਾਂਦਾ ਉਦੋਂ ਵੀ ਅਨੰਦ ਸਾਹਿਬ ਦੀ ਬਾਣੀ ਸਿੱਖ ਤੇ ਰਹਿੰਦਾ, ਆਨੰਦ ਵਿੱਚ ਹੈ ਸਦਾ, ਭੁਗਤ ਆਨੰਦ ਆਨੰਦ ਪੜ੍ਹਦਾ ਹੈ ਮਹਿਮਾ ਪ੍ਰਕਾਸ਼ ਵਿੱਚ, ਹਰ ਵੇਲੇ ਆਨੰਦ ਵਿੱਚ ਸਿੱਖ ਰਹਿੰਦਾ ਹੈ, ਹਰ ਵੇਲੇ ਪਰਮੇਸ਼ਵਰ ਦੇ ਭਾਣੇ ਵਿੱਚ ਰਹਿੰਦਾ। ਇੱਥੇ ਮੈਂ ਬੇਨਤੀ ਕਰਾਂ, ਧੰਨ ਗੁਰੂ ਅਮਰਦਾਸ ਮਹਾਰਾਜ ਜਦੋਂ ਜੋਤੀ ਜੋਤ ਸਮਾਉਣ ਲੱਗੇ ਨਾ, ਬੇਨਤੀ ਨੂੰ ਧਿਆਨ ਨਾਲ ਸੁਣਿਓ ਕੀ ਆਖਿਆ ਮਹਾਰਾਜ ਨੇ, ਬੁਲਾ ਲਿਆ ਸਾਰਾ ਪਰਿਵਾਰ ਇਕੱਠਾ ਕਰ ਲਿਆ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਕਿਉਂ ਕਰਕੇ ਪਤਾ ਸੀ ਵੀ ਬੱਚਿਆਂ ਦੇ ਵਾਸਤੇ ਗੱਲ ਬੜੀ ਅਕਹਿ ਤੇ ਅਸਹਿ ਹੁੰਦੀ ਹੈ, ਗੱਲਾਂ ਜਿੰਨੀਆਂ ਮਰਜ਼ੀ ਮੈਂ ਕਰੀ ਜਾਵਾਂ ਪਰ ਜਿਸ ਤਨ ਤੇ ਬੀਤ ਨਹੀਂ ਹੁੰਦੀ ਹੈ ਉਹਨੂੰ ਪਤਾ ਹੁੰਦਾ ਹੈ ਕਿ ਉਹ ਹਾਲਾਤ ਕਿੱਦਾਂ ਦੇ ਹੁੰਦੇ ਆ। ਜਦੋਂ ਸਾਸ ਜਿਸ ਪਿਓ ਨੇ ਜਿਸ ਮਾਂ ਨੇ ਸਦੀਵੀ ਕਾਲ ਸੁੱਖ ਦਿੱਤੇ ਹੋਣ, ਜਦੋਂ ਉਹਨਾਂ ਦਾ ਵਿਛੋੜਾ ਪੈਂਦਾ ਉਹ ਤੇ ਉਹੀ ਜਾਣਦੇ ਧੀਆਂ ਪੁੱਤਰ। ਪਾਤਸ਼ਾਹ ਨੂੰ ਪਤਾ ਸੀ ਵੀ ਧੀਆਂ ਵਾਸਤੇ ਗੱਲ ਬੜੀ ਮੁਸ਼ਕਲ ਹੋਏਗੀ, ਪੁੱਤਰਾਂ ਵਾਸਤੇ ਗੱਲ ਮੁਸ਼ਕਲ ਹੋਏਗੀ। ਮਹਾਰਾਜ ਨੇ ਉੱਥੇ ਭਾਨੀ ਵੀ ਸੱਦ ਲਈ, ਦਾਨੀ ਵੀ ਸੱਦ ਲਈ, ਰਾਮਾ ਵੀ ਸੱਦ ਲਿਆ, ਜੇਠਾ ਵੀ ਸੱਦ ਲਿਆ, ਮੋਹਨ ਜੀ ਤੇ ਮੋਹਣੀ ਪੁੱਤਰ ਵੀ ਆ ਕੇ ਇਕੱਠੇ ਕਰ ਲੈ। ਮਹਾਰਾਜ ਆਖਣ ਲੱਗੇ ਮੇਰੀ ਧੀਓ, ਇੱਥੇ ਹੁਣ ਸਮਝ ਲਓ ਜਿੰਨੀਆਂ ਮੇਰੀਆਂ ਸਾਧ ਸੰਗ ਮਾਤਾਵਾਂ ਭੈਣਾਂ ਇੱਥੇ ਬੀਬੀਆਂ ਬੈਠੀਆਂ ਨੇ, ਇਹ ਸਮਝ ਲਓ ਦਾਨੀਆਂ ਤੇ ਭਾਨੀਆਂ ਨੇ, ਇੱਧਰ ਮੋਹਣ ਤੇ ਮੋਹਣੀ ਵਰਗੇ ਸਾਧ ਸੰਗ ਸਤਿਗੁਰੂ ਦੇ ਸੁਪੁੱਤਰ ਬੈਠੇ ਸਾਰੇ। ਮਹਾਰਾਜ ਕਹਿੰਦੇ ਆਓ ਮੇਰੇ ਨੇੜੇ ਆਓ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ। ਮਹਾਰਾਜ ਕਹਿੰਦੇ ਮੇਰੀ ਧੀਓ ਮੇਰੇ ਕੋਲ ਆਓ, ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦਾ, ਪਰ ਮੇਰੀਆਂ ਬੱਚੀਆਂ ਨੂੰ ਮੇਰੀ ਬੇਨਤੀ, ਰੋਇਓ ਨਾ, ਰੋਣਾ ਨਹੀਂ ਇਸ ਵੇਲੇ। ਕਿਉਂ ਆਖਿਆ ਸੀ?
ਕਿਉਂ ਕਰਕੇ ਆਪਾਂ ਸਾਰੇ ਦਮਾਂ ਦੇ ਵੱਜੇ ਹੋਏ ਹਾਂ। ਆ ਤੁਹਾਡੇ ਸਾਹਮਣੇ ਹੁਣੇ ਇੱਥੇ ਕਥਾ ਹੋ ਰਹੀ ਹੈ, ਕੀ ਪਤਾ ਝਟਕ ਨੂੰ ਕੀ ਮੇਰੇ ਨਾਲ ਕੀ ਵਾਪਰ ਜਾਏ, ਚੱਲ ਕਮਲ ਵੀ ਪਹੁੰਚਾਂ ਕਿ ਨਾ ਪਹੁੰਚਾਂ, ਇਸ ਗੱਲ ਦਾ ਕੀ ਸਾਸ ਸਬੂਤ ਹੈ। ਮਹਾਰਾਜ ਆਖਣ ਲੱਗੇ ਰੋਣਾ ਨੀ ਕਿਸੇ ਨੇ, ਰਾਮ ਗਯੋ ਰਾਵਣ ਗਯੋ। ਲੋਕੀ ਕਹਿੰਦੇ ਸਾਸ ਰਾਵਣ ਦਾ ਬਹੁਤ ਵੱਡਾ ਮਰਤਬਾ ਸੀ, ਉਹਦੀ ਤੇ ਲੰਕਾ ਸੋਹਣੀ ਦੀ ਸੀ, ਜੇ ਰਾਵਣ ਨੀ ਇੱਥੇ ਕੁਝ ਲਿਜਾ ਸਕਿਆ ਤੇ ਅਸੀਂ ਕੀ ਲੈ ਜਾਵਾਂਗੇ ਜੱਗ, ਜੇ ਰਾਮ ਵਰਗੇ ਵੱਡੇ ਰਾਜੇ ਇੱਥੇ ਆਏ ਸਨ ਚਲੇ ਗਏ ਤੇ ਸਾਧ ਸੰਗਤ ਸਾਡੀ ਫਿਰ ਕਿੰਨੀ ਕੀਮਤ ਹੈ। ਬਾਲ ਜਵਾਨੀਆਂ ਬਿਰਧ ਫਨ ਤੀਨ ਅਵਸਥਾ ਜਾਨ, ਜੇ ਰੱਬ ਦਾ ਸਿਮਰਨ ਨਹੀਂ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ, ਰੱਬ ਦੇ ਨਾਮ ਤੋਂ ਬਿਨਾਂ ਸਾਰਾ ਕੁਝ ਬਿਰਥਾ ਚਲਿਆ ਜਾਏ। ਸਾਸ ਬੱਚੀਆਂ ਬਹਿ ਗਈਆਂ ਅਣ ਕਰਕੇ, ਪੁੱਤਰ ਬਹਿ ਗਏ। ਮਹਾਰਾਜ ਕਹਿਣ ਲੱਗੇ ਵੀ ਬੇਨਤੀ ਹੈ ਭਾਈ ਰੋਇਓ ਨਾ, ਹੁਣ ਚਲੇ ਜਾਣਾ ਸੀ। ਭਾਈ ਜੇਠੇ ਨੇ ਸਾਸ ਅੱਖਾਂ ਭਰ ਲਈਆਂ, ਜਤੀਮ ਆਇਆ ਸੀ ਨਾ ਮਹਾਰਾਜ ਦੀ ਸ਼ਰਨ ਦੇ ਵਿੱਚ, ਲਾਹੌਰ ਨੇ ਤੇ ਬੜੇ ਬੋਲ ਕਬੋਲ ਕੀਤੇ ਸਨ, ਕਿਸੇ ਨੇ ਕੁਝ ਆਖਿਆ ਕਿਸੇ ਨੇ ਕੁਝ ਆਖਿਆ, ਕਈ ਲੋਕ ਵੀ ਬੜੇ ਖੁਸ਼ ਹੋਏ ਹੋਣਗੇ ਵੀ ਚੰਗਾ ਇਹਨਾਂ ਦਾ ਨੁਕਸਾਨ ਹੋ ਗਿਆ। ਇੱਦਾਂ ਦੇ ਵੀ ਬੜੇ ਲੋਕ ਹੁੰਦੇ, ਕਿਸੇ ਦੇ ਸਾਸ ਨੁਕਸਾਨ ਦੇ ਵਿੱਚ ਕਈਆਂ ਦਾ ਸੁੱਖ ਹੁੰਦਾ, ਉਹ ਬੜੇ ਖੁਸ਼ ਹੋਣਗੇ ਵੀ ਚੰਗਾ ਇੱਦਾਂ ਹੀ ਹੋਣਾ ਚਾਹੀਦਾ। ਕਿਸੇ ਦਾ ਧੀ ਪੁੱਤਰ ਮਾੜਾ ਨਿਕਲ ਆਏ ਨਾ ਤੇ ਗੁਆਂਢੀ ਪਹਿਲੀ ਬੜੇ ਖੁਸ਼ ਹੁੰਦੇ ਆ, ਇਸੇ ਤਰ੍ਹਾਂ ਹੋਣਾ ਚਾਹੀਦਾ। ਲੋਕਾਂ ਦੀ ਸਾਸ ਸੰਗਤ ਸੋਚ ਪੁੱਠੀ ਹੁੰਦੀ ਹੈ। ਜੇ ਕਿਸੇ ਦੀ ਸਾਸ ਸੰਗ ਕੋਈ ਨੂੰਹ ਧੀ ਜਿਹੜੀ ਹੈ ਉਹ ਨਾ ਆਖੇ ਲੱਗੇ ਤੇ ਇਹ ਵੀ ਕਈ ਵਾਰ ਲੋਕਾਂ ਦੇ ਵਾਸਤੇ ਬੜਾ ਸੁੱਖ ਹੁੰਦਾ ਵੀ ਚੰਗਾ ਇਸੇ ਤਰ੍ਹਾਂ ਹੋਣਾ ਚਾਹੀਦਾ, ਤੇ ਜੇ ਕਿਸੇ ਦਾ ਧੀ ਪੁੱਤਰ ਚੰਗਾ ਨਿਕਲਾ ਵੀ ਇਸ ਗੱਲ ਦਾ ਦੁੱਖ ਵੀ ਕਿਉਂ ਨਿਕਲ ਆਇਆ ਚੰਗਾ ਇਹ। ਜੇ ਕਿਸੇ ਦਾ ਨਸ਼ਿਆਂ ਨੁਸ਼ਿਆਂ ਤੇ ਚੱਲ ਪਏ ਨਾ ਬੜੀ ਦੁਨੀਆਂ ਖੁਸ਼ ਹੁੰਦੀ ਵੀ ਬੜਾ ਚੰਗਾ ਹੋਇਆ ਇਸੇ ਤਰ੍ਹਾਂ। ਇਹ ਗੱਲਾਂ ਐਸੀਆਂ ਬਾਬਾ ਜੇਠਾ ਜੀ ਨੇ ਸੁਣੀਆਂ ਤੇ ਸਾਧ ਸੰਪਰ ਕਈ ਐਸੇ ਵੀ ਸਨ, ਤੁਸੀਂ ਦੇਖਿਓ ਉਹ ਕਹਿ ਰਹੇ ਸਨ ਅੱਜ ਇਹ ਬੱਚਾ ਰੋਟੀ ਦਾ ਮੁਹਤਾਜ ਹੋ ਗਿਆ, ਕੱਲ ਨੂੰ ਇਹਦੇ ਹੀ ਦਰ ਤੋਂ ਹਰਿਮੰਦਰ ਸਾਹਿਬ ਤੋਂ 1 ਲੱਖ ਬੰਦੇ ਨੇ ਇੱਕ ਦਿਨ ਵਿੱਚ ਪ੍ਰਸ਼ਾਦਾ ਛਕਿਆ ਕਰਨਾ। ਕਈਆਂ ਨੂੰ ਐਸਾ ਵੀ ਪਰਵਾਸਾ ਸੀ, ਆ ਜਾਓ ਹਰਿਮੰਦਰ ਸਾਹਿਬ ਗਿਆਨੀ ਜੀ ਆਏ ਨੇ ਨਾ ਉੱਥੋਂ ਪੁੱਛ ਲਿਓ, ਭਾਵੇਂ ਇਹਨਾਂ ਨੂੰ 1 ਲੱਖ ਤੋਂ ਉੱਪਰ ਸੰਗਤ ਦੀ ਗਿਣਤੀ ਹੋ ਗਈ ਜਿਹੜੀ ਰੋਜ਼ ਪ੍ਰਸ਼ਾਦਾ ਛਕਦੀ ਹੈ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ। ਉਹੀ ਬੱਚਾ ਸੀ ਜਾਂ ਕੋਈ ਮੁਸ਼ਕਲ ਅੱਧ ਬਣੇ ਧੋਈ ਹੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਖ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਜਿੱਥੇ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਰੱਬ ਜਿੱਥੇ ਆ ਜਾਵੇ ਫਿਰ ਕੋਈ ਤੱਤੀ ਵਾਓ ਨਹੀਂ ਲੱਗ ਸਕਦੀ, ਤਾਤੀ ਵਾਓ ਨਾ ਲੱਗ ਗਈ ਪਾਰ ਬ੍ਰਹਮ ਸਰਨ ਆਈ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਜੇਠਾ ਰੋਣ ਲੱਗ ਪਿਆ, ਜਤੀਮ ਆਇਆ ਸੀ ਨਾ ਮਹਾਰਾਜ ਦੀ ਸ਼ਰਨ ਦੇ ਵਿੱਚ, ਤੇ ਸਾਧ ਸੰਗਤ ਜੀ ਸੱਜੇ ਪਾਤਸ਼ਾਹ ਜੀ ਨੇ ਜਦੋਂ ਧਿਆਨ ਮਾਰਿਆ ਜੇਠਾ, ਜੇਠਾ ਤੂੰ ਕਿਉਂ ਰੋ ਪਿਆ, ਅਜੇ ਭਾਨੀ ਰੋ ਪੈਂਦੀ ਦਾਨੀ ਰੋ ਪੈਂਦੀ ਮੋਹਣ ਮੋਹਣੀ ਰੋ ਪੈਂਦੇ, ਵੱਖਰੀ ਗੱਲ ਤੂੰ ਤੇ ਗੁਰਮਤ ਨੂੰ ਬੜਾ ਨੇੜੇ ਉਹ ਕਰਕੇ ਤੱਕਿਆ। ਆਖਣ ਲੱਗਾ ਸੱਜੇ ਪਾਤਸ਼ਾਹ ਦੁੱਖ ਇਸ ਗੱਲ ਦਾ ਨਹੀਂ ਕਿ ਤੂੰ ਸਰੀਰਕ ਤੌਰ ਤੇ ਜਾ ਰਿਹਾ, ਮਹਾਰਾਜ ਦੁੱਖ ਇਸ ਗੱਲ ਦਾ ਕਿ ਉਹ ਪਿਤਾ ਜਾ ਰਿਹਾ ਜਿਸ ਪਿਤਾ ਦੀ ਸ਼ਰਨ ਵਿੱਚ ਜਾਣ ਕਰਕੇ ਮੈਨੂੰ ਕਿਸੇ ਨੇ ਜਤੀਮ ਨਹੀਂ ਸੀ ਆਖਿਆ ਅਜੇ ਤੱਕ। ਮਹਾਰਾਜ ਨੇ ਫਿਰ ਪਤਾ ਕੀ ਆਖਿਆ, ਉਹ ਮਹਾਰਾਜ ਕਹਿੰਦੇ ਉਹ ਭਲਿਆ ਮੈਂ ਤੈਨੂੰ ਛੱਡ ਕਰਕੇ ਨਹੀਂ ਜਾ ਰਿਹਾ, ਮੈਂ ਤੇ ਸਾਰੀ ਜ਼ਿੰਮੇਵਾਰੀ ਤੇਰੇ ਮੋਢਿਆਂ ਤੇ ਪਾਉਣ ਲੱਗਾ। ਬਚਨ ਪੜ੍ਹੇ ਹੋਣੇ ਆਪ ਜੀ ਨੇ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ, ਮਿਤ ਪਹਿਜੇ ਮਿਤ ਵਿਕਸੈ ਜਿਸ ਮਿਤ ਕੀ ਪੈਜ ਭਾਵੈ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਹਰ ਸਤਿਗੁਰੂ ਪਹਿਲਾਂ ਪੈ, ਸਤਿਗੁਰ ਪਰ ਤੱਕ ਹੁੰਦੇ ਪੈ ਰਾਜ ਆਪ ਟਕਾਇਆ, ਸਭ ਸਿੱਖ ਬੰਧਵ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਮਹਾਰਾਜ ਕਹਿੰਦੇ ਸਾਰੇ ਰਾਮਦਾਸ ਦੇ ਪੈਰੀ ਪੈ ਜਾਓ, ਇਹ ਚੌਥਾ ਗੁਰੂ ਹੈ ਜਿਹਨੂੰ ਕੋਈ ਪੁੱਛਦਾ ਨਹੀਂ ਸੀ, ਉਹਨੂੰ ਤਾਜਾ ਤਖਤਾਂ ਵਾਲਾ ਬਣਾ ਦਿੱਤਾ ਮਾਲਕ ਨੇ, ਬਾਣੀ ਮਨੁੱਖ ਨੂੰ ਇਵੇਂ ਉੱਚਾ ਚੱਕ ਦਿੰਦੀ ਹੈ।
ਸੋ ਸਾਧ ਸੰਗਤ ਜੀ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਮਹਾਰਾਜ ਕਹਿੰਦੇ ਹੁਣ ਇਦਾਂ ਦੇ ਸਮੇਂ ਹੋਰ ਕੋਈ ਗੱਲ ਨਾ ਕਰਿਓ, ਰੱਬ ਦੀ ਕਥਾ ਦੇ ਰੱਬ ਦਾ ਕੀਰਤਨ ਕਰਿਓ ਬਸ, ਇਹ ਤੋਂ ਵੱਡੀ ਹੋਰ ਕੋਈ ਸ਼ਰਧਾਂਜਲੀ ਨਹੀਂ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸ਼ੋ ਗੋਪਾਲ, ਕੇਸ਼ੋ ਦਾ ਅਰਥ ਹੈ ਪਰਮੇਸ਼ਵਰ ਵਾਹਿਗੁਰੂ, ਗੋਪਾਲ ਦਾ ਅਰਥ ਹੈ ਧਰਤੀ ਨੂੰ ਪਾਲਣ ਵਾਲਾ, ਉਹਦਾ ਕੋਈ ਗਿਆਨੀ ਬੰਦਾ ਸੱਦਿਓ, ਕੋਈ ਕੀਰਤਨ ਕਰਨ ਵਾਲਾ, ਕੋਈ ਕਥਾ ਕਰਨ ਵਾਲਾ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ, ਹਰ ਕਥਾ ਪੜ੍ਹੀਏ, ਹਰ ਨਾਮ ਸੁਣੀਏ, ਬੇਮਾਨ ਹਰ ਰੰਗ ਗੁਰ ਭਾਵੇ। ਮਹਾਰਾਜ ਆਖਦੇ ਆਹ ਕੰਮ ਬੜਾ ਪਰਮੇਸ਼ਵਰ ਨੂੰ ਚੰਗਾ ਲੱਗਦਾ, ਜੇ ਕਿਸੇ ਨੇ ਰੱਬ ਦੀਆਂ ਖੁਸ਼ੀਆਂ ਲੈਣੀਆਂ ਆਹ ਕੰਮ ਕਰੋ, ਕਥਾ ਕੀਰਤਨ ਤੋਂ ਬਿਨਾਂ ਹੋਰ ਕੋਈ ਗੱਲ ਨਾ। ਬਸ ਇੱਕੋ ਬੇਨਤੀ ਹੈ, ਬਾਬਾ ਫਰੀਦ ਸਾਹਿਬ ਜੀ ਆਖਣ ਲੱਗੇ ਸਾਢੇ ਤ੍ਰੈਮਣ ਦੇਰੀ ਚੱਲੇ ਪਾਣੀ ਅੰਨ, ਮਨੁੱਖ ਸਾਢੇ ਤਿੰਨ ਮਨ ਪੱਕੀ ਦੇਰੀ ਪਾਣੀ ਦੇ ਭੋਜਨ ਦੇ ਨਾਲ ਚੱਲਦੀ ਹੈ ਨਾ, ਦੌੜਦੇ ਭੱਜਦੇ ਪਾਣੀ ਨਾਲ ਭੋਜਨ ਦੇ ਨਾਲ। ਆਇਓ ਬੰਦਾ ਦੁਨੀ ਵਿੱਚ ਵੱਧ ਅਸੂਣੀ ਬੰਨ, ਬਹੁਤ ਵੱਡੀ ਜ਼ਿੰਮੇਵਾਰੀ ਭਾਈ ਤੂੰ ਲੈ ਕਰ ਗਿਆ ਦੁਨੀਆਂ ਦੇ ਵਿੱਚ, ਤੇ ਗੁਰੂ ਦੀ ਬਾਣੀ ਸੁਣ ਕਰਕੇ ਆਪਣੀ ਜ਼ਿੰਮੇਵਾਰੀ ਦਾ ਪਤਾ ਕਰ ਵੀ ਤੇਰੀ ਜ਼ਿੰਮੇਵਾਰੀ ਹੈ ਕਿਹੜੀ, ਕਿਵੇਂ ਸੇਵਾ ਕਰਨੀ ਹੈ। ਜਿਵੇਂ ਸਰਦਾਰ ਅਮਰੀਕ ਸਿੰਘ ਜੀ ਹੁਣੀ ਸਾਧ ਸੰਗਤ ਲੰਗਰਾਂ ਦਾ ਬਹੁਤ ਚਿੰਤਾ ਹੁੰਦੀ ਵੀ ਲੰਗਰਾਂ ਵਿੱਚ ਸਮਾਨ ਪਹੁੰਚਾਉਣਾ ਇਕੱਠਾ ਕਰਕੇ ਸਾਰਾ ਇਲਾਕੇ ਦੇ ਵਿੱਚ, ਇਹ ਇਦਾਂ ਦੀਆਂ ਜ਼ਿੰਮੇਵਾਰੀਆਂ ਤੇਰੀਆਂ। ਸਾਡੇ ਦ੍ਰਹਿਮਣ ਦੇਹਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਧ ਅਸੋਣੀ ਬੰਨ, ਮਲ ਕਰ ਮੌਤ ਜਾਏ ਆਪਸੀ, ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਜਿਹੜੇ ਕਹਿੰਦੇ ਸੀ ਨਾ ਅਸੀਂ ਤੇਰੇ ਹਾਂ, ਮਹਾਰਾਜ ਕਹਿੰਦੇ ਉਹੀ ਚੱਕ ਕਰਕੇ ਤੁਰਨ ਕੇ ਤੈਨੂੰ, ਤੂੰ ਸੱਚ ਦੀ ਪਛਾਣ ਕਰ, ਰੱਬ ਹੀ ਮਾਂ ਹੈ, ਰੱਬ ਹੀ ਪਿਓ ਹੈ। ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌ ਜਾਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗੇ ਆਏ ਕੰਮ, ਕਿਹੜੇ ਕੰਮ ਹੋਣ, ਦਰਗਾਹ ਵਿੱਚ ਕੰਮ ਆਉਣੇ, ਆਹ ਜਿਹੜੇ ਸਤਸੰਗਤ ਵਿੱਚ ਬੈਠ ਕਰਕੇ ਕੀਤੇ, ਜਿਹੜੀ ਸੇਵਾ ਕੀਤੀ ਮਨੁੱਖਤਾ ਦੀ। ਫਿਰ ਭਾਈ ਲਾਲੋ ਬਾਬੂ ਸਾਧ ਸੰਗਤ ਗੁਰੂ ਨਾਨਕ ਦੇ ਮਗਰ ਮਗਰ ਤੁਰੇ ਫਿਰਨਗੇ, ਉਹਦੇ ਘਰੇ ਜਾਣ ਵਾਸਤੇ ਤਿਆਰ ਨਹੀਂ ਮਲਕ ਭਾਗੋ ਦੇ, ਤੇ ਲਾਲੋ ਦੇ ਘਰ ਵਿੱਚੋਂ ਤੁਰਨ ਵਾਸਤੇ ਬਾਬਾ ਤਿਆਰ ਨਹੀਂ। ਉਹਦੀ ਕਿਰਤ ਦੀ ਪ੍ਰਧਾਨਤਾ ਹੈ, ਕਿਰਤੀ ਹਰ ਇੱਕ ਥਾਂ ਤੇ ਪ੍ਰਵਾਨ ਹੈ। ਸੋ ਸਾਧ ਸੰਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸੋ ਇਤਨਾ ਕਿ ਮੇਰਾ ਸਮਾਂ ਸੀ, ਸੱਚੇ ਪਾਤਸ਼ਾਹ ਜੀ ਮੇਰੇ ਕਰਨ ਅਰਦਾਸ ਬੇਨਤੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਾਤਾ ਜੀ ਨੂੰ ਆਪਣੇ ਚਰਨਾਂ ਕਮਲਾਂ ਦਾ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਕੇ ਨਿਹਾਲ ਕਰਨਾ ਜੀ। ਸੱਚੇ ਪਾਤਸ਼ਾਹ ਜੀ ਇਤਨੀ ਸੇਵਾ ਪ੍ਰਵਾਨ ਕਰਨ, ਕਥਾ ਕਰਦਿਆਂ ਇਤਿਹਾਸ ਕਰ ਵਿਚਾਰਦਿਆਂ ਬਹੁਤ ਸਾਰੀਆਂ ਗਲਤੀਆਂ ਬਹੁਤ ਸਾਰੀਆਂ ਭੁੱਲਾਂ ਨੇ, ਗਰੀਬ ਨਿਵਾਨ ਪਾਤਸ਼ਾਹ ਜੀ ਬਖਸ਼ ਲੈਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀਓ, ਸਤਿਕਾਰਯੋਗ ਮਾਤਾ ਸਤਰ ਕੌਰ ਜੀ ਜੋ ਇਸ ਸੰਸਾਰ ਦੀ ਯਾਤਰਾ ਕਰਦਿਆਂ ਹੋਇਆਂ ਜਿਤਨੀ ਸਵਾਸਾਂ ਦੀ ਪੂੰਜੀ ਉਸ ਵਾਹਿਗੁਰੂ ਪਰਮੇਸ਼ਰ ਪਾਸੋਂ ਬਖਸ਼ਿਸ਼ ਮਿਲੀ, ਇਸ ਨੂੰ ਇਸ ਸੰਸਾਰ ਵਿੱਚ ਖਰਚ ਕਰ
ਸਰੀਰਕ ਤੌਰ ਤੇ ਸਾਨੂੰ ਸਦੀਪ ਕਾਰ ਲਈ ਵਿਛੋੜਾ ਦੇ ਗਏ ਨੇ, ਉਹਨਾਂ ਦੇ ਗੁਰਸਿੱਖ ਪਰਿਵਾਰ ਵੱਲੋਂ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ
ਘਰ ਘਰ ਨਾਮ ਜਪਤਿਆਂ ਕਛ ਨ ਕਹੇ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ ਹਰ ਕ ਨਾਮ ਤੇ ਆਏ ਕਹਿ ਗੋਬਰ ਪਾਲ ਜਗਤ ਪਾਇਆ ਹਰ ਕਾ ਨਾਮ ਜੈ ਕੈ ਹੋ ਰਿਹਾ ਭਾਈ ਹਰ ਮਾਲ ਕੰਤੈ ਪਾਈਐ ਸੁਹਾਈ ਵਣ ਤ੍ਰਿਣ ਤ੍ਰਿ ਪਾਉਣ ਵਾਲਿਆ ਤਨ ਪਾਈ ਪ੍ਰਸਾਦੂ ਸੁਖੀ ਉਪਜੈ ਨਤੀ ਸਭ ਛਾਈ ਨਾਨਕ ਸਿਮਰੈ ਇੱਕ ਨਾ ਹਰ ਵਣ ਨ ਤਾਈ ਕਾਮ ਕ੍ਰੋਧ ਅਰ ਲੋਭ ਮੋਹ ਬਿਸ ਜਾਇ ਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇ ਪੰਜੇ ਬੰਦੇ ਮਹਾਬਲੀ ਕਰ ਜਗਤ ਮੈਂ ਝੂਠੀ ਦੇਖੀ ਪ੍ਰੀ
ਸੌਂਪੀ ਸੰਗਨਾ Thank you.
ਵੀ ਸਰਵਣ ਕੀਤਾ ਹੋਵੇਗਾ, ਦਾਸ ਨੇ ਵੀ ਪੜ੍ਹਿਆ ਹੈ ਬਾਬਾ ਆਨੰਦ ਸਿੰਘ ਜੀ ਦੇ ਜੀਵਨ ਵਿੱਚ। ਬਾਬਾ ਜੀ ਹੋਣਾ ਦਾ ਇੱਕ ਸੇਵਕ ਸੀ, ਚੰਨਣ ਸਿੰਘ ਉਸਦਾ ਨਾਮ ਸੀ। ਉਹ ਰੋਜ਼ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਾਜ਼ਰੀਆਂ ਭਰਿਆ ਕਰੇ, ਮਹਾਂਪੁਰਖਾਂ ਦੇ ਦਰਸ਼ਨ ਕਰਿਆ ਕਰੇ, ਮਹਾਂਪੁਰਖ ਅੰਤਰ ਜਾਮੀ ਦੇਖਿਆ ਵੀ ਬੜੀ ਭਾਵਨਾ ਨਾਲ ਆਉਂਦਾ। ਆਖਣ ਲੱਗੇ ਚੰਨਣ ਸਿਆਂ ਗੁਰੂ ਨਾਨਕ ਦਾ ਘਰ ਤੇਰੇ ਤੇ ਖੁਸ਼ ਹੈ, ਕੀ ਚਾਹੁੰਦਾ? ਕਹਿੰਦਾ ਮਹਾਂਪੁਰਖੋ, ਦੁੱਧ ਪੁੱਤ ਦੀ ਦਾਤ ਚਾਹੁੰਦਾ। ਤੇ ਮਹਾਂਪੁਰਖ ਕਹਿਣ ਲੱਗੇ, ਮਾਤਾ ਪਿਤਾ ਦੀ ਸੇਵਾ ਕਰਦਾ? ਕਹਿੰਦਾ ਜੀ ਪਿਤਾ ਜੀ ਤਾਂ ਚਲਾਣਾ ਕਰ ਗਏ, ਕਾਫੀ ਦੇਰ ਹੋ ਗਈ, ਮਾਤਾ ਘਰ ਵਿੱਚ ਹੈ, ਪ੍ਰਸ਼ਾਦਾ ਪਾਣੀ ਦੇਈ ਦੇ। ਬਾਬਾ ਜੀ ਕਹਿੰਦੇ ਪ੍ਰਸ਼ਾਦਾ ਪਾਣੀ ਤਾਂ ਜਾਨਵਰ ਵੀ ਆਪਣਾ ਪੂਰਾ ਕਰ ਲੈਂਦੇ ਨੇ, ਆਖੋ ਕੱਚ ਕੇ ਸਤਨਾਮ। ਕਹਿੰਦੇ ਮਨ ਕਰਕੇ ਸੇਵਾ ਕਰਦਾ। ਕਹਿੰਦੇ ਜੇ ਦੁੱਧ ਪੁੱਤਰ ਦੀ ਦਾਤ ਪ੍ਰਾਪਤ ਕਰਨੀ ਹੈ, ਤੇਰਾ ਰੱਬ ਤੇਰੇ ਘਰ ਵਿੱਚ ਬੈਠਾ, ਕਿਉਂਕਿ ਸਾਨੂੰ ਜੀਵਨ ਅੰਦਰ ਜੋ ਅੱਜ ਵੀ ਸਤਿਕਾਰ ਕਰਦੇ ਨੇ ਮਾਤਾ ਪਿਤਾ ਦਾ, ਜੋ ਮਾਤਾ ਦੀ ਸੀਸ ਲੈਂਦੇ ਨੇ, ਉਹਨਾਂ ਦੀ ਕਦੀ ਪਿੱਠ ਨਹੀਂ ਲੱਗਦੀ। ਆਖੋ ਕੱਚ ਕੇ ਸਤਨਾਮ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਜੋ ਸਾਡੇ ਸਾਰਿਆਂ ਦੇ ਮਾਰਗ ਦਰਸ਼ਨ, ਜਿਨ੍ਹਾਂ ਵਰਗਾ ਕੋਈ ਹੋ ਨਹੀਂ ਸਕਦਾ, ਰਾਜਿਆਂ ਕੇ ਮਹਾਰਾਜਾ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ। ਆਪ ਜੀ ਉਹਨਾਂ ਦਾ ਜੀਵਨ ਪੜ੍ਹ ਕੇ ਦੇਖੋ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਤਿਆਰ ਬਿਆਰ ਹੋ ਕਰਕੇ ਸਭ ਤੋਂ ਪਹਿਲਾਂ ਮਾਤਾ ਨੂੰ ਨਮਸਕਾਰ ਕਰਨ ਜਾਇਆ ਕਰਦੇ। ਆਖੋ ਗੱਜ ਕੇ ਸਤਨਾਮ। ਇਸ ਕਰਕੇ ਇਹ ਤਾਂ ਹੀ ਹੋਵੇਗਾ ਜੇ ਆਪਾਂ ਗੁਰੂ ਸ਼ਬਦ ਨੂੰ ਆਪਣੇ ਮਨ ਵਿੱਚ ਵਸਾਵਾਂਗੇ। ਆਪਾਂ ਲਿਖਿਆ ਵੀ ਦੇਖਦੇ ਹਾਂ ਕਈ ਥਾਵਾਂ 'ਤੇ ਕਿ ਮਾਤਾ ਤਾਂ ਦੋ ਤਿੰਨ ਬੱਚੇ ਹੋਣ ਤਾਂ ਮਾਤਾ ਪਾਲ ਲੈਂਦੀ ਹੈ, ਅਤੇ ਜੇ ਕਿਤੇ ਦੋਵਾਂ ਤਿੰਨਾਂ ਪੁੱਤਰਾਂ ਨੂੰ ਮਾਤਾ ਪਿਤਾ ਨੂੰ ਸਾਹਮਣਾ ਪੈ ਜੇ ਤਾਂ ਬੜਾ ਔਖਾ। ਉਹ ਕਿਉਂ ਹੈ? ਇਹੀ ਸ਼ਬਦ ਮੇਰੋ ਮੇਰੋ ਸਭੇ ਕਹਿਤ ਹੈ, ਹਿੱਤ ਸਿਓ ਬਾਂਧੇ ਹੋ ਜੀ। ਮਾਤਾ ਨੇ ਤਾਂ ਪਾਲ ਲਿਆ ਪਰ ਪੁੱਤਰ ਨੂੰ, ਮਾਤਾ ਨੂੰ ਸਾਹਮਣਾ ਬੜਾ ਔਖਾ।
ਜੀ ਅੱਜ ਮਾਤਾ ਨੂੰ ਲੋੜ ਹੈ, ਗੁਰੂ ਪਿਆਰੀ ਸੰਗਤ ਜੀਓ ਆਪ ਮੇਰੇ ਤੋਂ ਸਭ ਤੋਂ ਬਹੁਤ ਸਿਆਣੇ ਦਾਸ ਅਕਸਰ ਇਹ ਬੇਨਤੀ ਕਰਦਾ ਹੈ ਕਿ ਜੇ ਮਾਤਾ ਪਿਤਾ ਦੀ ਸੇਵਾ ਕਰਨੀ ਹੈ ਤਾਂ ਆਪਣੇ ਆਪ ਨੂੰ ਉਹ ਜੀਵਨ ਯਾਦ ਕਰਨਾ ਪਵੇਗਾ ਜਦੋਂ ਆਪਾਂ ਮਾਤਾ ਦੀ ਗੋਦ ਵਿੱਚ ਖੇਡਦੇ ਸਾਂ, ਉਹ ਸਾਡੀ ਪ੍ਰਤਪਾਲਨਾ ਕਰ। ਆਪਾਂ ਜਿਤਨੇ ਵੀ ਬੈਠੇ ਹਾਂ ਇਹ ਸਭ ਮਾਤਾ ਨੇ ਜਨਮ ਦਿੱਤਾ ਹੈ, ਮਾਤਾ ਪਿਤਾ ਦੀ। ਇਸ ਕਰਕੇ ਗੁਰੂ ਪਿਆਰੀ ਸੰਗਤ ਜੀਓ ਜੋ ਅੱਜ ਵੀ ਸਤਿਕਾਰ ਕਰਦੇ ਨੇ, ਸਤਿਗੁਰ ਜੀ ਬਲਹਾਰ ਜਾਂਦੇ ਨੇ, ਨਾਮ ਜਪਦੇ ਨੇ, ਪਰ ਜੋ ਨਹੀਂ ਕਰਦੇ ਉਹ ਗੁਰੂ ਸ਼ਬਦ ਨਾਲ ਜੁੜੀਏ, ਗੁਰੂ ਪਾਤਸ਼ਾਹ ਦੱਸਣਗੇ। ਗੁਰੂ ਪਾਤਸ਼ਾਹ ਸਾਡੇ ਅੰਦਰ ਦੇ ਹਨੇਰੇ ਨੂੰ ਦੂਰ ਕਰਨਗੇ। ਗੁਰ ਕਾ ਸ਼ਬਦ ਕਰ ਦੀਪਕ, ਇਹ ਸਤ ਕੀ ਸੇਜ ਰਛਾਏ ਗਏ। ਇਸ ਕਰਕੇ ਤਾਂ ਹੀ ਪਾਤਸ਼ਾਹ ਨੇ ਕਿਹਾ ਸੋ ਕਿਉਂ ਬੰਦਾ ਆਖੀਐ ਜਿਤ ਜੰਮੇ ਹੀ ਰਾਜਾ। ਸੋ ਸਤਿਗੁਰ ਜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਉਸ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੂੰ ਮਾਤਾ ਪਿਤਾ ਦਾ ਪਿਆਰ ਤਾਂ ਨਹੀਂ ਬਚਪਨ ਵਿੱਚ ਮਿਲਿਆ, ਪਰ ਜੋ ਆਪ ਜੀ ਨੇ ਸਰਵਣ ਕੀਤਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਬਸੰਤ ਰਾਗ ਦਾ। ਇਹ ਸਬਦ ਪਾਤਸ਼ਾਹ ਕਹਿੰਦੇ ਜਨ ਨਾਨਕ ਹਰ ਕੀ ਸਰਨਾਏ ਦੀਜੈ ਨਾਮ ਰਹਿ ਗੁਰਦਾਏ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਤੀਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਮਰਦਾਸ ਸਾਰੇ ਕੱਚ ਕੇ ਆਖੋ ਰਸਨਾ ਪਵਿੱਤਰ ਹੁੰਦੀ ਹੈ। ਜੇ ਸਤਿਕਾਰ ਦੇ ਨਾਲ ਗੁਰੂ ਸਾਹਿਬਾਂ ਦੇ ਨਾਮ ਨੂੰ ਲਈਏ ਤੇ ਗੁਰੂ ਪਿਆਰਿਓ ਕੰਨ ਤੇ ਰਸਨਾ ਪਵਿੱਤਰ ਹੁੰਦੀ, ਮਨ ਵਿੱਚ ਨਿਮਰਤਾ ਆਉਂਦੀ, ਆਖੋ ਕੱਚ ਕੇ ਸਤਨਾਮ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਸਰਨ ਮਿਲ ਗਈ ਪਾਤਸ਼ਾਹ ਤੇ ਪਾਤਸ਼ਾਹ ਅੱਜ ਵੇਖੋ ਸਾਰਾ ਸੰਸਾਰ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਦੇਸਾਂ ਵਿਦੇਸਾਂ ਵਿੱਚ ਵੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਧੰਨ ਆਖਦਾ, ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਇਸ ਕਰਕੇ ਜੋ ਗੁਰੂ ਵਾਲੇ ਗੁਰੂ ਸ਼ਬਦਾਂ ਨਾਲ ਜੁੜੇ ਨੇ ਸਤਿਗੁਰ ਜੀ ਉਹਨਾਂ ਤੋਂ ਬਲਹਾਰ ਜਾਂਦੇ ਹਨ। ਕੋਲ ਕਮਾਈ ਲਾਲਣਾ ਗੁਰਮਨ ਦੀਨਾ, ਸੁਣ ਸ਼ਬਦ ਤੁਮਾਰਾ ਮੇਰਾ ਮਨ ਮੰਨਣਾ। ਜੇ ਗੁਰੂ ਸ਼ਬਦ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਨਹੀਂ ਜੁੜਾਂਗੇ ਤੇ ਫਿਰ ਸਾਰੇ ਦੁੱਖ ਹੀ ਦੁੱਖ ਹੈ। ਤਾਂ ਹੀ ਪਾਤਸ਼ਾਹ ਕਹਿੰਦੇ ਨੇ ਸਦਾ ਸੁਖ ਮਨ ਵਸੈ। ਮਨ ਵਿੱਚ ਵਸਣ ਦੇ ਨਾਲ, ਮਨ ਕਰਕੇ ਯਾਦ ਕਰਨ ਨਾਲ ਕਹਿੰਦੇ ਸਦਾ ਹੀ ਸੁੱਖ ਹੈ। ਕਿਹੋ ਜਿਹਾ ਸੁੱਖ ਦੁੱਖ ਸੰਸਾਰ ਹੈ ਖੂਬ ਹੈ। ਗੁਰ ਨਾਮ ਨਿਤ ਦਰਿਆਓ ਜਨਮ ਹਮ ਕਾਲਕ, ਨਾਨਕ ਭੌਜਲ ਪਾਰ ਪਰੇ ਜੋ ਗਾਵੈ ਪ੍ਰਭ ਕੇ ਗੀਤ।
ਇਸ ਕਰਕੇ ਗੁਰੂ ਵਾਲੇ ਬਣੀਏ। ਆਓ ਚਾਰ ਪੰਜ ਮਿੰਟ ਦਾ ਇਹ ਸ਼ਬਦ ਆਪਾਂ ਸਾਰੀ ਸੰਗਤ ਗੁਰੂ ਸ਼ਬਦ ਰਾਹੀਂ ਉਸ ਪਵਿੱਤਰ ਆਤਮਾ ਦੇ ਨਿਮਿੱਤ ਆਪਣੇ ਰਹਿੰਦੇ ਸਵਾਸਾਂ ਵਾਸਤੇ ਸਤਿਗੁਰ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਕਰੀਏ। ਉਸ ਤੋਂ ਉਪਰੰਤ ਬਸੰਤ ਦੀ ਪੌੜੀ ਲਾ ਕੇ ਅਨੰਦ ਸਾਹਿਬ ਜੀ ਦਾ ਪਾਠ ਕਰਾਂਗੇ। ਕੋਈ ਵੀ ਰਸਨਾ ਜਿਹੜੀ ਹੈ ਉਹ ਵਾਂਝੀ ਨਾ ਰਹੇ। ਜੋ ਹੋਵੇ ਸਾਹਿਬ ਸੋਮੀ ਸੁਮਾ ਇਸ
ਆਸ਼ੀਰਵਾਦ ਦੁਨੀਆ ਫੁੱਲਾਂ ਬਖਸ਼ਿਆ ਜੀ। ਧੰਨ ਸ੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਮਹਾਰਾਜ ਜੀ, ਸੋਹਣੀ ਸੁਲਤਾਨ ਪਿਤਾ, ਵੱਡਾ ਤੇਰਾ ਦਰਬਾਰ ਸੱਚਾ ਪੁੱਤ, ਚਵਰ ਸ਼ਕਲ ਦੇ ਮਾਲਕ, ਜੁਗੋ ਜੁਗਨ ਰਾਜੀ ਸਬਦ ਗੁਰੂ ਦਸਾਂ ਪਾਤਸ਼ਾਹ ਪਿਆਰ ਸੂਖ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ, ਉਸ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਸਾਰੇ ਕ੍ਰਿਸ਼ਨ ਪਰਿਵਾਰ ਨੂੰ, ਹੋਰ ਸਿੱਖ ਰਿਸ਼ਤੇਦਾਰ ਨੂੰ, ਸਤਿਗੁਰ ਜੀ ਗੁਰਬਾਣੀ ਨੂੰ ਤਰਾਸਾ ਬਖਸ਼ਿਸ਼ ਕਰਨ, ਸੁਆਪ ਸੰਤਾਂ ਦੂਰੋਂ ਨੇੜੇ ਸਤ ਸੰਗਤ ਰੂਪ ਵਿੱਚ ਉਸ ਪਵਿੱਤਰ ਆਤਮਾ ਦੇ ਵਿੱਚ ਅਰਦਾਸ ਕਰਨ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਸੰਗਤ ਰੂਪ ਵਿੱਚ ਇਕੱਠੇ ਹੋਏ ਹਾਂ। ਸੋ ਸਾਰਿਆਂ ਨੂੰ ਨਿਮਰਤਾ ਸਾਹਿਬ ਬੇਨਤੀ ਹੈ ਕਿ ਸਾਰਿਆਂ ਨੇ ਇਹੀ ਅਰਦਾਸ ਕਰਨੀ ਹੈ। ਸੰਗਤ ਸਾਹਾ ਲਿਖਿਆ, ਮਿਲ ਕਰ ਪਾਓ ਤੇਲ, ਆਪ ਸਾਰੀਆਂ ਸੰਗਤਾਂ ਨੂੰ ਆਪਣੇ ਧਰਮ ਕਰੋ, ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਨਾਮ ਪਾਣੀ ਦੇ ਨਾਲ ਜੋੜਨ, ਸਦਾ ਸਤਿਨਾਮ ਰਸੈ ਦੁੱਖ ਸੰਸਾਰ ਹੋ ਗਏ, ਗੁਰੂ ਨਾਨਕ ਮੰਦਿਰ ਜਾਓ ਜਨਮ। ਸੋ ਆਓ ਬਸੰਤ ਦੀ ਕੋਲ ਬੈਠ ਕੇ ਅਨੰਦ ਸਾਹਿਬ ਜੀ ਦਾ ਪਾਠ ਕਰੀਏ। ਕੋਈ ਵੀ ਰਸਤਾ ਮਾਰ ਨਾਮ ਭਗਵਾਨ ਨਾਨਕ ਨਾ ਦੁਲਾਲ ਹੈ ਸੱਚੀ ਨਤਾ ਸੱਚ ਕਿਥੋਂ ਗਿਆ ਲੈ ਹੈ ਮਜਮਾਨ ਜੀ ਦਾ ਦਰਸ ਕੈ ਦੋਨੀ ਭਾਵੈ ਕੈ ਗਿਆਨ ਸੁਣੈ ਤੁਸੇ ਬਖਸਾਵੈ ਦਰਪਣ ਸਾਹਿਬ ਬੋਲ ਸਦਾ ਤੋਂ ਦੇ ਕਰੇ ਜਮਸ ਮਵੈ ਜੀ ਤੁਤ ਸਭ ਖਸਮ ਕੇ ਕੌਣ ਕੀਮਤ ਪਾ ਕਣ ਜਾਇਨ ਸੁਣਨ ਤੇ ਬਖਸਾਵੈ ਅਗਮ ਕੁਝ ਸਾਹਿਬ ਸੁਣਨਾ ਸਤਿਗੁਰੇ ਗੁਰੂ ਬਿਦਿਆ ਨਾਨਕ ਸੁਣਾਵੇ ਰਾਮ ਕਰੀ ਮਹਾਰਾਜ ਦੀ ਦਰਨਾ ਦੇਖੋ ਅੰਤਾਰ ਸਤਿ ਪ੍ਰਸਾਦ ਅਨੰਤ ਭੈਰੀਆਂ ਸ਼ਬਦ
ਹੇ ਮਾਣਿਆ ਦੇ ਮਾਣ ਨੇ ਤਾਣਿਆ ਦੇ ਤਾਣ ਨਿਆਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੁਗੋ ਜੁਗ ਅਟਲ ਚਾਵਰ ਸ਼ਤਰਾ ਸਿੰਘਾਸਨ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਜੀ ਮਹਾਰਾਜ ਪਾਵਨ ਬਾਣੀ ਦਾ ਪ੍ਰਮਾਣ ਹੈ ਜੀ ਸਭ ਨਾਹਾਂ ਮਰਨਾ ਆਇਆ ਵਿਛੋੜਾ ਸਭ ਨਾਹਾਂ ਕੁਛ ਉਹ ਜਾਏ ਤਿਆੜਿਆ ਆਕੇ ਮਿਲਣ ਕੇ ਨਾਹਾਂ ਦੇ ਮਹਾਨ ਵਚਨਾਂ ਅਨੁਸਾਰ ਦਾਰਕਾ ਦੇ ਪੀਤਵਾਰ ਮਾਤਾ ਨਛੱਤਰ ਕੌਰ ਆਪ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਖਰਚਦਿਆਂ ਹੋਇਆ ਮਾਤ ਲੋਕ ਦੀ ਯਾਤਰਾ ਕਰਦਿਆਂ ਹੋਇਆ ਲੋਕ ਤੋਂ ਪਰ ਲੋਕ ਨੂੰ ਗਮਨ ਕਰਕੇ ਸਤਿਗੁਰੂ ਪਾਤਸ਼ਾਹ ਦੀ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਗ੍ਰਹਿ ਵਿਖੇ ਉਹਨਾਂ ਦੀ ਯਾਦ ਦੇ ਵਿੱਚ ਸ੍ਰੀ ਸਾਹਿਬ ਪਾਠ ਜੀ ਦੇ ਭੋਗ ਤੋਂ ਉਪਰੰਤ ਪਾਵਨ ਅਸਥਾਨਾਂ ਵਿਖੇ ਪਹੁੰਚ ਕੇ ਪਾਵਨ ਬਾਣੀ ਦੇ ਕੀਰਤਨ ਹੋਏ ਕਥਾ ਵੀ ਚਾਰਾਂ ਹੋਈਆਂ ਜੀ ਬਾਣੀ ਪੜ੍ਹਦੇ ਆ ਸੇਵਾ ਕਰਦੇ ਆ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰਹੀਆਂ ਮੁਆਫ ਕਰਨਾ ਅਗਾਹਾਂ ਤੋਂ ਸ਼ੁੱਧ ਭਾਵਨਾ ਦੇ ਨਾਲ ਗੁਰਬਾਣੀ ਪੜ੍ਹਨ ਦੇ ਸੇਵਾ ਕਰਨ ਦੇ ਪਾਲ ਬਖਸ਼ਣੇ ਦੀ ਮਾਤਾ ਜੀ ਨੂੰ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੇ ਪਾਲ ਬਖਸ਼ਣੇ ਦਾਰੋਂ ਘਰੋਂ ਰਹਿਮਤ ਵਰਤਾਗ ਕਰਕੇ ਨਿਹਾਲ ਕਰਨ ਵਾਲੀ ਮਾਤਾ ਜੀ ਦੀ ਯਾਦ ਦੇ ਵਿੱਚ ਪਰਿਵਾਰ ਵੱਲੋਂ ਪਾਵਨ ਅਸਥਾਨਾਂ ਵਿਖੇ 21,000 ਰੁਪਏ ਦੀਆਂ ਸੇਵਾਵਾਂ ਕਮਾਈਆਂ ਗਈਆਂ ਜੋ ਜੋ ਸ਼ੁਭ ਭਾਵਨਾਵਾਂ ਕਰਕੇ ਪਰਿਵਾਰ ਨੇ ਸੇਵਾਵਾਂ ਕਮਾਈਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਕਮਾਈਆਂ ਸਫਲੀਆਂ ਕਰਨੀਆਂ ਜੀ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਾਜ਼ਰੀਆਂ ਦਾਰ ਪ੍ਰਵਾਨ ਕਰਨੀਆਂ ਦਰਸ਼ਨੀ ਤੇਲਾ ਫੁੱਲ ਪਿਠਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰ ਵੱਲੋਂ ਇਸੇ ਹੀ ਰਜ਼ਾ ਨੂੰ ਮੁੱਖ ਰੱਖਦਿਆਂ ਹੋਇਆ ਕੜਾ ਪ੍ਰਸ਼ਾਦੀ ਤੇਗ ਹਾਜ਼ਰਾਂ ਦਾ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਦਾਰਾਈਆਂ ਸੰਗਤਾਂ ਨੂੰ ਪਾਵਨ ਹੁਕਮਨਾਮੇ ਬਖਸ਼ ਕੇ ਨਿਹਾਲ ਕਿਰਤਾਰਥ ਕਰੋ ਪ੍ਰੰਤ ਹੁਕਮਨਾਮਿਆਂ ਤੇ ਚਰਨ ਦੀ ਸਮਰੱਥਾ ਬਖਸ਼ੋ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈਆ ਕਾਰ ਕੀ ਕਵੀ ਚੜਾਇਓ ਪੰਥ ਕਰੇਗਾ ਖਾਲਸਾ ਆਕੀ ਰਹਿਣਾ ਕੋਏ ਵਾ
ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹ ਔਰ ਭੈ ਨਹੀਂ ਜਾਕੈ, ਕੰਚਨ ਮਾਟੀ ਮਨੈ ਰਹਾ, ਨਹਿ ਨਿੰਦਿਆ ਨਹਿ ਪੁਸਤਕ ਜਾਕੈ, ਲੋਭ ਮੋਹ ਅਭਿਮਾਨਾ ਹਰਗ ਸੋਗ ਤੇ ਰਹਿ ਨਿਆਰਿਓ, ਨਾਹੇ ਮਾਨ ਅਪਮਨ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜਹ ਪਰਸੈ ਨਾਹਿਨ, ਤਹ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਹ ਨਰ ਕੋ ਕਿਨੀ, ਤਹ ਦੇ ਜੁਗਤ ਪਛਾਨੀ, ਨਾਨਕ ਲੀਨ ਭੈਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ, ਸੋ ਕਉ ਟਲ ਗੁਰ ਸੇਵੀਐ ਐਨ ਸਹਿ ਸੁਭਾਇ, ਦਰਸ਼ਨ ਪਰਸੈ ਜਨਮ ਮਰਨ ਦੁਖ ਜਾਇ, ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਬੇਸਾਹੋ, ਹਮ ਭਿਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉ, ਸਦਾ ਰਹੋ ਰੰਗ ਰਤਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ, ਹਮ ਅੰਦੁਲੇ ਅੰਦ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਣ ਪਾਲੀ, ਹਮ ਅੰਧੁਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਣ ਪਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਨ ਹੋ, ਹਰ ਹਰ ਕਥਾ ਨਿਰਾਲੀ, ਰਹਾ ਹਰ ਕੇ ਸੰਤ ਸੁਣੋ ਜਨ ਭਾਈ, ਗੁਰ ਸੇਵੋ ਬੇਗ ਬੇਗਾਲੀ, ਸਤਿਗੁਰ ਸੇਵ ਖਰਚ ਹਰ ਪੰਥ, ਮਤ ਜਾਨੋ ਆਜ ਕੇ ਕਾਲੀ, ਹਰ ਕੇ ਸੰਤ ਜਪੋ ਹਰ ਜਪਣਾ,
ਹਰ ਸੰਤ ਚਲੈ ਹਰ ਨਾਲੀ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਹਰ ਹਰ ਜਪਨ ਜਪ ਲੋਚ ਲੁਚਾਨੀ, ਹਰ ਕਿਰਪਾ ਕਰ ਬਨ ਵਾਲੀ। ਜਨ ਨਾਨਕ ਸੰਗਤ ਸਾਧ ਹਰ ਮਿਲੋ, ਹਮ ਸਾਧ ਜਨਾ ਪਗ ਰਾਲੀ। ਹਰ ਹਰ ਜਪਨ ਜਪ ਲੋਚ ਲੁਚਾਨੀ, ਹਰ ਕਿਰਪਾ ਕਰ ਬਨ ਵਾਲੀ। ਜਨ ਨਾਨਕ ਸੰਗਤ ਸਾਧ ਹਰ ਮਿਲੋ, ਹਮ ਸਾਧ ਜਨਾ ਪਗ ਰਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਣੀਆਂ ਦੇ ਮਾਂ ਨਿਦਾਣਿਆਂ ਦੇ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਤਾ ਜੀ, ਉਹਨਾਂ ਦੀ ਪਵਿੱਤਰ ਬਾਣੀ ਦੀ ਗੋਦੀ ਵਿੱਚ ਜੁੜ ਬੈਠੇ ਸਾਧ ਸੰਗਤ ਜੀ, ਆਪ ਜੀ, ਬੀਬੀ ਨਛੱਤਰ ਕੌਰ ਜੀ ਜੋ ਕਿ ਸਤਿਕਾਰਯੋਗ ਮਾਤਾ ਜੀ, ਉਹਨਾਂ ਦੀ ਅੰਤਰ ਅਰਦਾਸ ਵਿੱਚ ਸ਼ਾਮਿਲ ਹੋਏ ਹੋ, ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਕਿਉਂਕਿ ਇਹ ਅੰਤਮ ਅਰਦਾਸ, ਦੋ ਅਰਦਾਸਾਂ ਇਸ ਜੀਵਨ ਵਿੱਚ ਇਹੋ ਜਿਹੀਆਂ ਹਨ ਜਿਨ੍ਹਾਂ ਵਿੱਚ ਇਹ ਪ੍ਰਾਣੀ ਸਰੀਰ ਦੇ ਤੌਰ 'ਤੇ ਸ਼ਾਮਿਲ ਨਹੀਂ ਹੁੰਦਾ, ਪਰ ਬਾਕੀ ਅਰਦਾਸਾਂ ਵਿੱਚ ਸਰੀਰ ਦੇ ਤੌਰ 'ਤੇ ਸ਼ਾਮਿਲ ਹੁੰਦਾ ਹੈ। ਪਰ ਜਦੋਂ ਸਰੀਰ ਦੇ ਕਾਰਨ ਇਸ ਇਹਨਾਂ ਅਰਦਾਸਾਂ ਵਿੱਚ ਬਾਕੀ ਅਰਦਾਸਾਂ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਰੂਹ ਕਰਕੇ ਨਹੀਂ ਹੁੰਦਾ। ਪਰ ਇਹ ਦੋ ਅਰਦਾਸਾਂ ਹਨ ਜਿਸ ਵਿੱਚ ਸਰੀਰ ਕਰਕੇ ਤਾਂ ਸ਼ਾਮਿਲ ਨਹੀਂ ਹੁੰਦਾ, ਪਰ ਰੂਹ ਹਮੇਸ਼ਾ ਹੀ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜੀ ਰਹਿੰਦੀ ਹੈ। ਇੱਕ ਅਰਦਾਸ ਹੈ ਜਦੋਂ ਮਾਂ ਦੇ ਗਰਭ ਵਿੱਚ ਹੁੰਦਾ ਹੈ, ਪਰ ਜਿਹੜੀ ਰੂਹ ਹੈ ਉਹ ਪਰਮਾਤਮਾ ਨਾਲ ਜੁੜੀ ਹੋਈ ਹੈ। ਇੱਕ ਆ ਅੰਤਮ ਅਰਦਾਸ ਹੈ ਜਿਸ ਦੇ ਲਈ ਅਸੀਂ ਕਈਆਂ ਦਿਨਾਂ ਤੋਂ ਉਸ ਪਵਿੱਤਰ ਬਾਣੀ ਦੇ ਜਾਪ ਕਰਵਾਉਂਦੇ ਹਾਂ। ਇਸ ਦਾ ਭਾਵ ਹੈ ਕਿ ਉਹ ਰੂਹ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜੀ ਹੈ, ਪਰ ਸਰੀਰ ਕਰਕੇ ਉਹ ਮੌਜੂਦ ਨੇ। ਦੇਖੋ ਕਿਹੋ ਜਿਹੀ ਖੇਡ ਹੈ ਵਾਹਿਗੁਰੂ ਦੀ। ਗੁਰੂ ਸਾਹਿਬ ਕਿਰਪਾ ਕਰਨ, ਉਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਪਰਿਵਾਰ ਵੱਲੋਂ ਕੁਝ ਸੰਗਤਾਂ ਦਾ ਧੰਨਵਾਦ ਹੈ ਜੋ ਕਿ ਸ਼ਖਸੀਅਤਾਂ ਪਹੁੰਚੀਆਂ ਸਨ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਮੈਂਬਰ ਸ਼੍ਰੋਮਣੀ ਕਮੇਟੀ, ਅਤੇ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਸੁਖਦੇਵ ਸਿੰਘ ਭੌਰ ਜੋ ਕਿ ਨਹੀਂ ਪਹੁੰਚ ਸਕੇ ਕਿਸੇ ਕਾਰਨ ਕਰਕੇ, ਇਸੇ ਤਰ੍ਹਾਂ ਡਾਕਟਰ ਸੁਖੀ, ਬੈਂਸ ਸਾਹਿਬ ਹਰਚੰਦ ਸਿੰਘ ਜੀ, ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਪਰਿਵਾਰ ਵੱਲੋਂ। ਕਿਉਂਕਿ ਕਈਆਂ ਸ਼ਖਸੀਅਤਾਂ ਦਾ ਦਾਸ ਨੂੰ ਨਾਮ ਦਾ ਨਹੀਂ ਪਤਾ, ਪਰ ਗੁਰੂ ਸਾਹਿਬ ਜਾਣਦੇ ਹਨ ਉਹਨਾਂ ਦੀ ਹਾਜ਼ਰੀ ਦਾ ਪ੍ਰਵਾਨ ਹੋਵੇ। ਅਤੇ ਹੁਣ ਬੇਨਤੀ ਹੈ, ਮੈਂ ਪਰਿਵਾਰ ਨੂੰ, ਗੁਰਮੁਖ ਪਰਿਵਾਰ ਨੂੰ ਬੇਨਤੀ ਕਰਾਂ ਕਿ ਸਾਡੇ ਗੁਰਦੁਆਰਾ ਸਾਹਿਬ ਦੇ ਚਰਨ ਕਮਲ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਦੇਸਾ ਸਿੰਘ ਜੀ ਪਹੁੰਚੇ ਹਨ, ਉਹਨਾਂ ਨੂੰ ਸਰੂਪਾ ਦਿੱਤਾ ਜਾਵੇ। ਉਸ ਤੋਂ ਉਪਰੰਤ ਫਿਰ ਬੇਨਤੀ ਹੈ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਨੂੰ ਕਿ ਉਹ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨਗੇ। ਇਹ ਪਰਿਵਾਰ ਵੱਲੋਂ ਬੇਨਤੀ ਹੈ, 10 ਮਿੰਟ ਦਾ ਟਾਈਮ ਹੈ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਉਹਨਾਂ ਕੋਲੋਂ। ਹੁਣ ਮੈਂ ਬੇਨਤੀ ਕਰਾਂ ਭਾਈ ਸਾਹਿਬ।
ਹਜ਼ੂਰੀ 'ਚ ਜੁੜ ਬੈਠੀ ਹੈ। ਗੁਰਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਜੀ ਦੀ ਲਿਖਿਆ ਤੇਹਾ ਹੁਕਮ ਕਮਾਏ, ਇਕੱਲੇ ਆਵੇ ਨਾਨਕਾ ਸੱਦੀ ਉੱਠੀ ਜਾਏ। ਦੇ ਮਹਾਂਵਾਕ ਅਨੁਸਾਰ ਸਾਡੇ ਬਾਬਾ ਜੀ ਨਛੱਤਰ ਕੌਰ, ਆਪਾਂ ਉਹਦੀ ਅੰਤਮ ਅਰਦਾਸ ਵਿੱਚ ਸਭ ਰਿਸ਼ਤੇਦਾਰ, ਮਾਈ ਭਾਈ, ਸਾਧ ਸੰਬੰਧੀ, ਜਿਵੇਂ ਭਾਈ ਸਾਹਿਬ ਜੀ ਨੇ ਬਹੁਤ ਅੱਛੇ ਲਹਿਜੇ ਵਿੱਚ ਸਾਨੂੰ ਦੱਸਿਆ ਵੀ ਇਹ ਅੰਤਮ ਅਰਦਾਸ ਜਿਹੜੀ ਹੈ ਉਹ ਸਕਾਲ ਪੁਰਖ ਅੱਗੇ ਅਰਦਾਸ ਹੈ ਕਿ ਉਹ ਮਾਲਕ ਇਹੋ ਜਿਹੀਆਂ ਰੂਹਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ। ਦਸ ਨੂੰ ਹੁਕਮ ਹੋਇਆ ਹੈ ਕਿ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਵੇ, ਕਿਉਂਕਿ ਸ਼ਮੂਲੀਅਤ ਤਾਂ ਬਹੁਤ ਬਹੁਤ ਅੱਛੀਆਂ ਸ਼ਖਸੀਅਤਾਂ ਦੀ ਸਾਡੇ ਵਿੱਚ, ਕੁਛ ਆ ਗਈਆਂ ਸੀ, ਕੁਛ ਆ ਕੇ ਚੱਲ ਗਈਆਂ, ਕੁਛ ਬੈਠੀਆਂ ਹੋਈਆਂ ਹਨ, ਅਤੇ ਸਮੇਂ ਦੀ ਨਜਾਕਤ ਨੂੰ ਦੇਖਦਿਆਂ ਹੋਇਆਂ। ਸੋ ਦਾਸ ਹਰ ਇੱਕ ਸ਼ਖਸ ਦੀ, ਹਰ ਇੱਕ ਸ਼ਖਸੀਅਤ ਦਾ ਇੱਕ ਇੱਕ ਕਦਮ ਜਿਹੜਾ ਹੈ ਉਹ ਸਾਡੇ ਸਿਰ ਵਰਤੇ ਹੈ। ਸੋ ਮੈਂ ਇਸ ਸ਼ਖਸੀਅਤ ਦੇ ਬਾਰੇ, ਕਿਉਂਕਿ 35 ਸਾਲ ਦਾ ਸਾਡਾ ਵਾਸਤਾ ਪਰਿਵਾਰਕ ਤੌਰ 'ਤੇ ਹੈ, ਬਹੁਤ ਕੁਛ ਤਾਂ ਕਹਿਣ ਨੂੰ ਹੈ, ਪਰ ਲੇਕਿਨ ਇਹ ਹੈ ਕਿ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਗੁਰਬਾਣੀ ਦਾ ਇੱਕ ਇੱਕ ਮਹਾਂਵਾਕ ਜਿਹੜਾ ਹੈ ਸ਼ਾਇਦ ਇਸ ਸ਼ਖਸੀਅਤ ਨੇ ਤਨਦੇਹੀ ਨਾਲ ਜਿਹੜਾ ਹੈ ਉਹ ਨਿਭਾਇਆ ਵੀ ਹੈ, ਔਰ ਉਸ ਤਰ੍ਹਾਂ ਨਾਲ ਜਿਵੇਂ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ, ਮੇਰਾ ਖਿਆਲ ਆਪਾਂ ਸਾਰੇ ਹੀ ਇਹ ਜਿਹੜੀ ਮਹਾਂਵਾਕ ਦੇ ਅਨੁਸਾਰ ਜਿਹੜੀ ਇਹ ਕੁਆਲਿਟੀ ਹੈ ਉਹ ਇਹਨਾਂ ਦੇ ਵਿੱਚ ਬੈਕ ਆਪਾਂ ਸਾਰਿਆਂ ਨੇ ਓਬਜ਼ਰਵ ਕੀਤੀ ਹੈ। ਔਰ ਪਤਾ ਨਹੀਂ ਉਹਦੇ ਜਿਹਨ ਦੇ ਵਿੱਚ ਇਹ ਗੱਲ ਆ ਚੁੱਕੀ ਸੀ ਕਿ ਜੋ ਉਪਜਿਓ ਸੋ ਬਿਨਸ ਹੈ ਪਰੋ ਅੱਜ ਕੀ ਕੱਲ੍ਹ, ਨਾਨਕ ਹਰ ਗੁਣ ਗਾਏ ਲੈ ਛੋੜ ਸਕਲ ਜੰਜਾਲ। ਇੱਕ ਦਹਾਕਾ ਪਹਿਲਾਂ ਇੱਥੇ ਭਾਜੀ ਗੁਰਦੀਪ ਸਿੰਘ ਹੋਣਾ ਦਾ ਹੀ ਆਪਾਂ ਅੰਤਮ ਅਰਦਾਸ ਕੀਤੀ ਸੀ, ਅਤੇ ਇੱਕ ਦਹਾਕੇ ਤੋਂ ਬਾਅਦ ਉਹਨਾਂ ਨੇ ਦੋਨਾਂ ਦਾ ਜਿਹੜਾ ਹੈ ਉਹ ਨਿਭਾਉਂਦਿਆਂ ਹੋਇਆਂ, ਇੱਕ ਬਾਪ ਦਾ ਵੀ ਔਰ ਇੱਕ ਮਾਂ ਦਾ ਵੀ, ਪੂਰਾ ਤਨਦੇਹੀ ਦੇ ਨਾਲ ਗੁਰੂ ਚਰਨਾਂ ਦੇ ਨਾਲ ਜੁੜ ਕੇ ਕਿਸੇ ਵੀ ਪਰਿਵਾਰ ਦੇ ਵਿੱਚ ਸਾਡੇ ਸਾਰੇ ਸਮੂਹ ਸੰਗਤ ਦੇ ਵਿੱਚ ਬੈਠੇ ਸਾਡੇ ਗਰੁੱਪ ਦੇ ਜਿਹੜੇ ਮੈਂਬਰ ਵੀ ਆਪਾਂ ਸਾਰੇ ਹਾਂ, ਸਾਰਿਆਂ ਨੂੰ ਇਸ ਤਰ੍ਹਾਂ ਦਾ ਇੱਕ ਆਸ਼ੀਰਵਾਦ ਦਿੱਤਾ ਵਡੱਪਣ ਦਾ ਗੁਰੂ ਚਰਨਾਂ ਨਾਲ ਜੁੜ ਕੇ, ਕਿ ਮੇਰਾ ਖਿਆਲ ਹੈ ਕਿ ਉਹਦੀ ਮਿਸਾਲ ਕਦੀ ਵੀ ਅੱਜ ਤੱਕ ਕਿਸੇ ਨੂੰ ਵੀ, ਅਸੀਂ ਬੈਠੇ ਜਦੋਂ ਵੀ ਅਸੀਂ ਗੱਲਬਾਤ ਕਰਦੇ ਹਾਂ, ਪਾਠ ਸਾਹਿਬ, ਸੰਗਤ ਸਾਹਿਬ, ਅਵਤਾਰ ਭਾਜੀ ਸਾਰੇ ਅਸੀਂ ਉਹ ਗੱਲ ਕਰਦੇ ਹਾਂ ਕਿ ਕਦੀ ਵੀ ਕੋਈ ਇਹੋ ਜਿਹਾ ਲੱਭ ਸਾਨੂੰ, ਜਾਂ ਪਿੰਡ ਦੇ ਵਿੱਚ ਵੀ ਬੈਠਿਆਂ ਸਾਰਾ ਪਰਿਵਾਰ ਵੀ, ਨਿਹੰਗ ਸਿੰਘ ਜੀ ਵੀ ਜੁੜੇ ਹੋਏ ਹਨ, ਪਰ ਗੁਰੂ ਸੇਵਾ ਦੇ ਵਿੱਚ ਸਾਰਾ ਪਰਿਵਾਰ ਇਹਨਾਂ ਦਾ, ਰਾਣਾ ਜੀ ਡਾਕਟਰ ਸਾਹਿਬ ਬੈਠੇ ਹਨ, ਸਾਰੇ ਗੁਰੂ ਚਰਨਾਂ ਦੇ ਨਾਲ ਜੁੜੇ, ਗੁਰੂ ਪਰਿਵਾਰ ਦੇ ਨਾਲ ਜੁੜੇ ਹੋਏ ਪਰਿਵਾਰ ਦੇ ਮੈਂਬਰ ਹਨ। ਸੋ ਗੱਲਾਂ ਪਤਾ ਜਦੋਂ ਚੱਲਦੀਆਂ ਹਨ, ਕਦੀ ਵੀ ਕੋਈ ਵੀ ਲਫ਼ਜ਼ ਜਿਹੜਾ ਜ਼ਿੰਦਗੀ ਭਰ ਜਿਹੜਾ ਹੈ ਇਹੋ ਜਿਹਾ ਨਹੀਂ ਜਿਹੜਾ ਕਿ ਸਾਨੂੰ ਕੋਈ ਯਾਦ ਆਵੇ ਕਿ ਜਿਹੜਾ ਕੋਈ ਉੱਚਾ ਹੋਵੇ। ਹਮੇਸ਼ਾ ਕਹਿੰਦੇ ਸੀ ਕਿ ਉੱਚਾ ਬੋਲਣਾ ਬੋਲੀਏ, ਕਰਤਾਰੋਂ ਡਰੀਏ, ਇਹੋ ਜਿਹੀ ਨਿਮਰਤਾ, ਇਹੋ ਜਿਹੀ ਸਾਦਗੀ ਜਿਹੜੀ ਹੈ ਉਹ ਸਾਡੇ ਵਾਸਤੇ ਇੱਕ ਬਹੁਤ ਹੀ, ਮੈਂ ਸਮਝਦਾ, ਇੱਕ ਪ੍ਰੇਰਨਾ ਦਾ ਸਰੋਤ ਹੈ। ਅਸੀਂ ਦੇਣ ਇਸ ਕਰਕੇ ਨਹੀਂ ਦੇ ਸਕਦੇ ਕਿ ਗਰੁੱਪ ਦੇ ਵਿੱਚ ਭਾਜੀ ਗੁਰਦੀਪ ਸਿੰਘ ਜੀ ਅਤੇ ਭਾਬੀ ਨਛੱਤਰ ਕੌਰ 2002 ਦੇ ਵਿੱਚ ਥੋੜ੍ਹਾ ਜਿਹਾ ਕਈ ਕੁਛ ਉੱਪਰ ਥੱਲੇ ਹੁੰਦਾ ਹੈ, ਅਤੇ ਉਹ ਆਪਾਂ ਪਰਿਵਾਰਕ ਮੈਂਬਰਾਂ ਤੋਂ ਸਾਨੂੰ ਸਭ ਨੂੰ ਯਾਦ ਹੈ, ਸ਼ਾਇਦ ਬਾਕੀ ਵੀ ਜਿੰਨੇ ਵੀ ਐਸੋਸੀਏਟਸ ਹਨ ਉਹਨਾਂ ਨੂੰ ਵੀ ਯਾਦ ਹੋਏ ਕਿ ਥੰਡਰ ਜ਼ੋਨ ਦੇ ਵਿੱਚ ਜਦੋਂ ਇੱਕ ਮਿਸਐਪ ਜਿਹਾ ਹੋਇਆ ਉੱਥੇ, ਤਾਂ ਖੈਰ ਉਹ ਦੈਟ ਵਾਜ਼ ਡੈਸਟਾਈਨਡ ਜੋ ਵੀ ਸੀਗਾ, ਅਤੇ ਉਹਦੇ ਵਿੱਚ ਬਾਬਾ ਹੰਸਾਲੀ ਵਾਲੇ ਬ੍ਰਹਮ ਗਿਆਨੀ ਜੀ ਉਹਨਾਂ ਨੇ ਉੱਥੇ ਆਏ, ਅਤੇ ਉਹਨਾਂ ਨੇ
ਚੱਪਾ ਚੱਪਾ ਜਗ੍ਹਾ ਦੇ ਉੱਤੇ ਘੁੰਮ ਫਿਰ ਕੇ ਸਾਰੇ ਕੁਛ ਜਿਹੜਾ ਹੁਕਮ ਲਾਇਆ ਵੀ ਦੋ ਸ਼ਖਸੀਅਤਾਂ ਜਿਹੜੀਆਂ ਹਨ ਉਹ ਜਪਜੀ ਸਾਹਿਬ ਦਾ ਪਾਠ ਸਵਾ ਮਹੀਨਾ ਕਰਨਗੀਆਂ ਤਾਂ ਮੇਰਾ ਖਿਆਲ ਉਹਨਾਂ ਨੇ ਇਹਨਾਂ ਦੋਨਾਂ ਨੂੰ ਹੀ ਜਿਹੜਾ ਇਹ ਹੁਕਮ ਲਾਇਆ। ਸੋ ਪ੍ਰਤੱਖ ਨੂੰ ਕਹਿੰਦੇ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ। ਉਸ ਦਿਨ ਤੋਂ ਲੈ ਕੇ ਜਦੋਂ ਸਵਾ ਮਹੀਨੇ ਤੋਂ ਬਾਅਦ ਇਹਨਾਂ ਦੋਨਾਂ ਸ਼ਖਸੀਅਤਾਂ ਨੇ ਭਾਬੀ ਜੀ ਹੋਣਾਂ ਨੇ ਅਤੇ ਭਾਅ ਜੀ ਗੁਰਦੀਪ ਸਿੰਘ ਹੋਣਾਂ ਨੇ ਉਹ ਪਾਠ ਜਦੋਂ ਉੱਥੇ ਸਵਾ ਮਹੀਨਾ ਨਿਰੰਤਰ ਨਿਰਵਿਘਨ ਜਦੋਂ ਉਹ ਕੀਤਾ ਤਾਂ ਅੱਜ ਤੱਕ ਉੱਥੇ ਬਿਲਕੁਲ ਕਦੀ ਕਿਸੇ ਕਿਸਮ ਦਾ ਵੀ ਕੋਈ ਕਿਸੇ ਨੂੰ ਕੋਈ ਚਰੀਟ ਜਾਂ ਕੋਈ ਕਿਸੇ ਕਿਸਮ ਦਾ ਕੋਈ ਉੱਥੇ ਸਾਨੂੰ ਦੁੱਖ ਦੇਖਣ ਨੂੰ ਨਹੀਂ ਆਇਆ। ਸੋ ਕਹਿਣ ਦਾ ਮੇਰਾ ਮਤਲਬ ਇਹੋ ਜਿਹੀਆਂ ਰੂਹਾਂ ਜਿਹੜੀਆਂ ਅਕਾਲ ਪੁਰਖ ਦੇ ਵੱਲੋਂ ਮੇਰਾ ਖਿਆਲ ਇਹ ਭੇਜੀਆਂ ਹੁੰਦੀਆਂ ਹਨ ਔਰ ਮੈਂ ਸਮਝਦਾ ਹਾਂ ਕਿ ਨੱਠ ਭੱਜ ਤਾਂ ਬੇਸ਼ੱਕ ਕਿਸੇ ਦੀ ਵੀ ਹੋਵੇ ਲੇਕਿਨ ਇਹੋ ਜਿਹੀਆਂ ਰੂਹਾਂ ਜਿਹੜੀਆਂ ਹਨ ਇਹਨਾਂ ਦਾ ਆਸ਼ੀਰਵਾਦ ਜਿਹੜਾ ਹੈ ਉਹ ਸਾਨੂੰ ਜਿਹੜਾ ਹੈ ਕਾਰੋਬਾਰਾਂ ਦੇ ਵਿੱਚ ਸਿਹਤਾਂ ਦੇ ਵਿੱਚ ਹਰ ਜਾਨ ਮਾਲ ਦੀ ਰਖਵਾਲੀ ਦੇ ਵਿੱਚ ਜਿਹੜੀਆਂ ਹਨ ਇਹ ਬੈਠੀਆਂ ਬੈਠੀਆਂ ਜਿਹੜੀਆਂ ਹਨ ਇਹ ਇਹਨਾਂ ਦੇ ਆਸ਼ੀਰਵਾਦ ਨਾਲ ਉਸ ਮਾਲਕ ਕੋਲੋਂ ਪਤਾ ਨਹੀਂ ਕਿੰਨੀਆਂ ਕੀ ਇਹ ਅਰਦਾਸਾਂ ਕਰ ਕਰਕੇ ਸਾਨੂੰ ਇਹ ਦਿੰਦੀਆਂ ਹਨ ਜਿਸ ਦੇ ਵਿੱਚ ਮੇਰੇ ਖਿਆਲ ਸਾਡੇ ਹਜ਼ਾਰਾਂ ਹੀ ਜਿਹੜੇ ਅੱਜ ਇੰਪਲਾਈ ਜਿਹਨਾਂ ਦੇ ਹਾਜ਼ਰ ਹੋਏ ਹਨ ਕੁਛ ਸੰਸਕਾਰ 'ਤੇ ਆਏ ਹਨ ਕੁਝ ਅੱਜ ਆਏ ਹਨ ਸੰਸਥਾਵਾਂ ਦੇ ਹੈੱਡ ਆਏ ਹੋਏ ਹਨ ਸਾਰੀਆਂ ਔਰਗਨਾਈਜੇਸ਼ਨਾਂ ਦੇ ਜਿਹਨਾਂ ਨੇ ਸ਼ੋਕ ਮਤੇ ਵੀ ਭੇਜੇ ਹਨ ਪੰਜਾਬ ਦੇ ਵਿੱਚ ਐਜੂਕੇਸ਼ਨ ਸੰਸਥਾਵਾਂ ਦੇ ਵੀ ਆਏ ਹਨ। ਸੋ ਮੇਰਾ ਖਿਆਲ ਕਿ ਮੈਨੂੰ ਇੱਕ ਛੋਟੀ ਜਿਹੀ ਗੱਲ ਯਾਦ ਆਉਂਦੀ ਹੈ ਕਿ ਮੇਰੇ ਸਾਡੇ ਰਿਸ਼ਤੇਦਾਰ ਹੀ ਹਨ ਉਹਨਾਂ ਦੇ ਸਾਡੇ ਕੁਟੁੰਬ ਲੱਗਦੇ ਹਨ ਅਤੇ ਜਦੋਂ ਉਹਨਾਂ ਦੀ ਮਾਤਾ ਜੀ ਦੀ ਗੱਲ ਸੁਣਾਉਂਦੇ ਸੀਗੇ ਕਹਿੰਦੇ ਸੀਗੇ ਅਸੀਂ ਸਮਝਦੇ ਹਾਂ ਕਿ ਅਸੀਂ ਕਾਰੋਬਾਰ ਦੇ ਵਿੱਚ ਬਹੁਤ ਨੱਠ ਭੱਜ ਕਰ ਰਹੇ ਹਾਂ ਬਹੁਤ ਕੁਛ ਜਿਹੜਾ ਹੈ ਮਿਹਨਤ ਕਰ ਰਹੇ ਹਾਂ ਲੇਕਿਨ ਮੈਂ ਆਪਣੀ ਮਾਤਾ ਜੀ ਨੂੰ ਜਿਹੜੇ ਬਜ਼ੁਰਗ 80-90 ਸਾਲ ਦੇ ਸੀਗੇ ਕਹਿੰਦੇ ਸੀ ਕਿ ਮੈਂ ਹਵੇਲੀ ਦੇ ਵਿੱਚ ਬੈਠਿਆ ਉਹਨਾਂ ਨੂੰ ਚੁਬਾਰੇ 'ਚੋਂ ਦੇਖਦਾ ਹਾਂ ਕਿ ਜਦੋਂ ਵੀ ਜਿਹੜਾ ਗੱਡੀ ਕੱਢ ਕੇ ਲੈ ਕੇ ਜਾ ਕੇ ਆਪਣੇ ਕੰਮ ਕਰਦੇ ਤਾਂ ਕੋਈ ਪੱਠੇ 'ਤੇ ਕੋਈ ਖੇਤੀਬਾੜੀ 'ਤੇ ਕੋਈ ਹੋਰ ਬਿਜ਼ਨਸ ਦੇ ਆੜਤ 'ਤੇ ਜਦੋਂ ਜੀ ਨਿਕਲਦੇ ਹਨ ਤਾਂ ਉਹਨੇ ਹੱਥ ਜੋੜੇ ਹੁੰਦੇ ਹਨ ਅਤੇ ਜਦੋਂ ਸਾਰੇ ਚਲੇ ਜਾਂਦੇ ਹਨ ਤਾਂ ਉਹ ਸਾਰੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਕੇ ਉਹ ਤੋੜਦੀ ਹੈ ਅਤੇ ਸ਼ਾਮ ਨੂੰ ਜਦੋਂ ਵਾਪਸ ਆਉਂਦੇ ਹਨ ਫਿਰ ਉੱਥੇ ਬੈਠੇ ਹੁੰਦੇ ਹਨ ਹਵੇਲੀ ਦੇ ਵਿੱਚ ਅਤੇ ਉਸੇ ਤਰ੍ਹਾਂ ਇਹ ਕਹਿੰਦੇ ਮੈਂ ਕਾਫੀ ਅਰਸੇ ਤੋਂ ਦੇਖ ਰਿਹਾ ਸੀਗਾ। ਸੋ ਉਹਨਾਂ ਨੂੰ ਇਹ ਗੱਲ ਸਿਰਫ ਅਹਿਸਾਸ ਕਰਨ ਦੀ ਹੈ ਕਿ ਉਹ ਅਕਾਲ ਪੁਰਖ ਅੱਗੇ ਜਿਹੜੀਆਂ ਅਰਦਾਸਾਂ ਹਨ ਸ਼ਾਇਦ ਅਸੀਂ ਉਹੀ ਸਾਰਾ ਕੁਝ ਹਾਰਵੈਸਟ ਕਰਦੇ ਹਾਂ। ਸੋ ਸਮੂਹ ਦੁਆਬਾ ਖਾਲਸਾ ਟਰੱਸਟ ਦੁਆਬਾ ਗਰੁੱਪ ਆਫ ਕਾਲਜਿਸ ਥੰਡਰ ਜ਼ੋਨ ਜਾਂ ਸਾਰਾ ਕੁਛ ਜਿੰਨੀਆਂ ਵੀ ਸ਼ਖਸੀਅਤਾਂ ਸਾਡੇ ਹੈਡਸ ਬੈਠੇ ਹਨ ਉਹ ਵੀ ਇਹ ਸਾਰਾ ਕੁਛ ਮਹਿਸੂਸ ਕਰਦੇ ਹਨ ਕਿ ਇਹਨਾਂ ਦਾ ਜੇ ਮੋਹਾਲੀ ਸਨ ਤਾਂ ਸਵੇਰੇ ਨਿਰੰਤਰ ਜਿਹੜਾ ਹੈ ਇਹਨਾਂ ਦਾ ਸੀਗਾ ਕਿ ਅੰਬ ਸਾਹਿਬ ਗੁਰਦੁਆਰਾ 4 ਵਜੇ ਉੱਠ ਕੇ ਜਾਣਾ ਜੇ ਪਿੰਡ 'ਚ ਹਨ ਦਿਆਸ ਗੁਰਦੁਆਰਾ ਸਾਹਿਬ ਜਾਣਾ ਚਰਨ ਕਮਲ ਸਾਹਿਬ ਗੁਰਦੁਆਰਾ 'ਚ ਜਾਣਾ ਅਤੇ ਕੁਲਬੀਰ ਸਿੰਘ ਨੂੰ ਇਹ ਕਹਿਣਾ ਕਿ ਸਾਨੂੰ ਪਤਾ ਲੱਗਾ ਹੈ ਕਿ ਤੂੰ ਸਿਰਫ ਜਿਹੜਾ ਹੈ ਕਿ ਉੱਥੋਂ ਹਰ ਮਹੀਨੇ ਜਿਹੜਾ ਹੈ ਥੰਡਰ ਜ਼ੋਨ ਤੋਂ 2000 ਰੁਪਇਆ ਰਮਨਜੋਤ ਨੂੰ ਰਮਨਜੀਤ ਨੂੰ ਕਹਿਣਾ ਕਿ ਐਜੂਕੇਸ਼ਨ ਦਾ 5000 ਰੁਪਇਆ ਹਰ ਮਹੀਨੇ ਜਿਹੜਾ ਤੁਸੀਂ ਮੈਨੂੰ ਚੁੱਪ ਚੁਪਾ ਕੇ ਦੇ ਦੇਣਾ ਹੈ ਅਤੇ ਮੈਂ ਗੁਰੂ ਘਰ ਦੇ ਲੰਗਰ 'ਚ ਪਾਉਣਾ। ਸੋ ਇਹੋ ਜਿਹੀਆਂ ਰੂਹਾਂ ਸਾਡੇ ਵਾਸਤੇ ਇੱਕ ਪ੍ਰੇਰਨਾ ਸਰੋਤ ਵੀ ਹਨ। ਇਹੋ ਜਿਹੀਆਂ ਮਾਵਾਂ ਦੀ ਲੋੜ ਹੈ, ਇਹੋ ਜਿਹੀਆਂ ਪਤਨੀਆਂ ਦੀ ਲੋੜ ਹੈ, ਇਹੋ ਜਿਹੀਆਂ ਨਾਨੀਆਂ ਦੀ ਲੋੜ ਹੈ ਔਰ ਇਹੋ ਜਿਹੀਆਂ ਦਾਦੀਆਂ ਦੀ ਵੀ ਲੋੜ ਹੈ ਕਿਉਂਕਿ ਮੈਂ ਇਹੋ ਜਿਹੇ ਸੰਸਕਾਰ ਮੋਹਾਲੀ ਰਹਿ ਕੇ ਉਹਨਾਂ ਬੱਚਿਆਂ ਨੂੰ ਦਿੱਤੇ ਹਨ। ਅਸੀਂ ਸਾਰੇ ਦੇਖਦੇ ਹਾਂ ਕਿ ਉਹ ਕਿਸ ਢੰਗ ਨਾਲ ਆਲਮ ਫਾਜ਼ਲ ਪੂਰੀ ਤਰ੍ਹਾਂ ਨਾਲ ਪੜ੍ਹ ਲਿਖ ਕੇ ਵੀ ਅੱਛੇ ਅੱਛੇ ਢੰਗ ਨਾਲ ਕਿਤੇ ਜਾ ਵੀ ਰਹੇ ਹਨ, ਫੋਰਨ 'ਚ ਵੀ ਜਾ ਰਹੇ ਹਨ ਪੜ੍ਹ, ਲੇਕਿਨ ਫਿਰ ਉਹ ਧਰਤੀ ਦੇ ਉੱਤੇ ਹਨ ਔਰ ਬਿਲਕੁਲ ਉਸੇ ਤਰ੍ਹਾਂ ਨਤਮਸਤਕ ਹੁੰਦੇ ਹਨ। ਜਿਹੜੀ ਸੰਸਕਾਰ ਜਿਹੜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿੱਚ ਹੋਣੇ ਚਾਹੀਦੇ ਹਨ। ਸੋ ਬਹੁਤ ਕੁਛ ਕਹਿਣ ਨੂੰ ਹੈ, ਮੇਰਾ ਖਿਆਲ ਹੈ ਕਿ ਆਪਾਂ ਸਾਰੇ ਪਲੀਪਾਂ ਜਾਣਦੇ ਵੀ ਹਾਂ। ਸੋ ਉਸ ਮਾਲਕ ਨੇ ਇਸ ਰੂਹ ਦਾ ਜਿਵੇਂ ਕਿ ਦੱਸਦੇ ਹਨ ਕਿ ਇਹ ਆਪਾਂ ਇਹ ਪਰ ਚਾਂਸ ਨਹੀਂ ਹੈਗਾ, ਇਹ ਇਟ ਵਾਜ਼ ਪ੍ਰੀ ਡਿਸਟਾਈਡ ਜਸਵੀਰ ਦਾ 1.5 ਮਹੀਨਾ ਪਹਿਲਾਂ ਆਉਣਾ
ਔਰ ਇਹਨਾਂ ਨੇ ਇੱਥੇ ਪਿੰਡ ਦੇ ਵਿੱਚ ਉਹੀ 15 ਅਗਸਤ ਤੋਂ ਆਨਵਰਡ ਜਿੱਥੇ ਰਹਿਣਾ, ਇੱਥੇ ਰਹਿ ਕੇ ਜੋ ਜਿਵੇਂ ਦੱਸ ਰਹੇ ਹਨ ਕਿ ਉਹ ਆਪਣੀ ਅਰਥੀ ਜਿਹੜੀ ਉਹ ਲਾਈਟ ਪੇਟ ਦੇ ਵਿੱਚ ਤਿਆਰ ਕਰਵਾਉਣੀ, ਫਿਰ ਜਸਵੀਰ ਨੂੰ ਸ਼ਮਸ਼ਾਨ ਘੱਟ ਘਾਟ ਵਿੱਚ ਭੇਜਣਾ ਕਿ ਉੱਥੇ ਉੱਥੇ ਉਹਨੂੰ ਸਵਾਰ ਦਿਓ ਜਾ ਕੇ ਸਾਰਾ ਕੁਛ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ, ਇਹ ਇਹੋ ਜਿਹੀਆਂ ਰੂਹਾਂ ਨੂੰ ਲੋਕ ਦੇ ਚਰਨਾਂ ਦੇ ਵਿੱਚ ਮੇਰਾ ਖਿਆਲ ਇਹੋ ਜਿਹੀ ਰੂਹ ਜਾਂਦੀ ਹੈ। ਇੱਛਾ ਸੀ ਡਾਕਟਰ ਦਲਜੀਤ ਸਿੰਘ ਹੋਣਾ ਦੀ ਕਿ ਇਹਨਾਂ ਨੇ ਸਾਰਿਆਂ ਦੇ ਮੇਰੇ ਖਿਆਲ ਇੱਕ ਸ਼ੋਕ ਮਤਾ ਤਾਂ ਬਹੁਤ ਸਾਰੇ ਹਨ, ਪਰ ਇਹ ਪਰਿਵਾਰ ਦੇ ਮੈਂਬਰ ਹਨ, ਇਹ ਹਮੇਸ਼ਾ ਦੁਆਬਾ ਫੈਮਿਲੀ ਕਹਿੰਦੇ ਹਨ, ਦੁਆਬਾ ਗਰੁੱਪ ਆਫ ਕਾਲਜਿਸ ਨੂੰ। ਇਹਨਾਂ ਦੀ ਇੱਛਾ ਸੀ ਕਿ ਪੜ੍ਹ ਕੇ ਸੁਣਾ ਗੁਰੂ ਮਹਾਰਾਜ ਦੀ ਹਜ਼ੂਰੀ ਪੜ੍ਹਿਆ ਜਾਵੇ ਕਿ ਦਾ ਮੈਨੇਜਮੈਂਟ ਆਫਿਸਰਸ ਫੈਕਲਟੀ ਐਂਡ ਸਟਾਫ ਮੈਂਬਰਸ ਆਫ ਦੁਆਬਾ ਗਰੁੱਪ ਆਫ ਕਾਲਜਿਸ ਅਸੈਂਬਲਡ ਔਨ 29th of January 2018 ਟੂ ਐਕਸਪ੍ਰੈਸ ਦੇਅਰ ਡੀਪੈਸਟ ਕੰਡੋਲੈਂਸਿਸ ਔਨ ਦਾ ਸਡਨ ਐਂਡ ਸੈਡ ਡਿਮਾਈਸ ਆਫ ਮਿਸਿਸ ਨਛੱਤਰ ਕੌਰ, ਟਰੱਸਟੀ ਦੁਆਬਾ ਗਰੁੱਪ ਆਫ ਕਾਲਜਿਸ, ਹੂ ਲੈਫਟ ਹਰ ਹੈਵਨਲੀ ਬੋਰਡ ਔਨ 25th of January 2018. Her contributions as a trustee of the Dwaba Group of Colleges and Thunder Zone were immense, and the absence will be felt deeply by the trust and the organization and by all members of the Dwaba Group of Colleges. All members observed 2 minutes silence as a mark of respect to the departed soul and to pay and pray for the peace to the departed soul. So, Dr. Dajit Singh Guna di Ichha Sigi. ਸੋ ਮੈਂ ਬਹੁਤਾ ਕੁਛ ਨਾ ਕਹਿੰਦਾ ਹੋਇਆ ਇੱਕ ਵਾਰ ਫਿਰ ਅਕਾਲ ਪੁਰਖ ਅੱਗੇ ਆਪਣੇ ਸਾਰਿਆਂ ਵੱਲੋਂ ਉਸ ਸੱਚੀ ਰੂਹ, ਉਸ ਪਿਆਰੀ ਰੂਹ, ਅਕਾਲ ਪੁਰਖ ਆਪਣੇ ਚਰਨਾਂ ਦੇ ਵਿੱਚ ਉਹਨੂੰ ਨਿਵਾਸ ਦੇਵੇ, ਅਤੇ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਭਾਣਾ ਮੰਨਣ ਦਾ, ਪਰਿਵਾਰ ਨੂੰ, ਟਰੱਸਟ ਨੂੰ, ਔਰਗਨਾਈਜੇਸ਼ਨ ਨੂੰ, ਗਰੁੱਪ ਨੂੰ, ਸਾਰੀਆਂ ਫੈਕਲਟੀ ਜਿਨ੍ਹਾਂ ਨੇ ਮਹਿਸੂਸ ਕੀਤਾ ਹੈ ਭਾਣਾ ਮੰਨਣ ਦਾ, ਬਲ ਬਖਸ਼ੇ। ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਸਾਰਿਆਂ ਦਾ, ਇੱਕ ਇੱਕ ਸ਼ਖਸੀਅਤ ਦਾ ਆਈ ਦਾ ਮੈਂ ਨਾਂ ਨਹੀਂ ਲੈ ਸਕਿਆ, ਕੁਛ ਨਾਂ ਉਹਨਾਂ ਨੇ ਲਏ ਸੀਗੇ। ਉਸ ਤੋਂ ਇਲਾਵਾ ਵੀ ਹੋਰ ਜੱਟਾ ਸਾਹਿਬ ਬੈਠੇ, ਭਾਅ ਜੀ ਕੁਲਵੰਤ ਬੈਠੇ, ਸਾਰਾ ਪਰਿਵਾਰ ਬੈਠਾ, ਜਿਵੇਂ ਭੌਰ ਸਾਹਿਬ ਬਾਰੇ ਦੱਸਿਆ ਆਏ ਸੀ, ਐਮਐਲਏ ਸਾਹਿਬ ਆਏ ਸੀ। ਸੋ ਸਾਰਿਆਂ ਦਾ ਤਹਿ ਦਿਲ ਤੋਂ, ਪਰਿਵਾਰ ਵੱਲੋਂ, ਮੇਰੇ ਵੱਲੋਂ, ਦੁਆਬਾ ਖਾਲਸਾ ਟਰੱਸਟ ਵੱਲੋਂ, ਸਾਰਿਆਂ ਵੱਲੋਂ, ਇੱਕ ਇੱਕ ਉਹਨਾਂ ਦਾ ਜਿਹੜਾ ਕਦਮ ਹੈ ਉਹ ਸਾਡੇ ਸਿਰ ਮੱਤੇ ਹੈ, ਸਾਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਦਿਲਾਸਾ ਦੇਣ ਦਾ। ਇੱਕ ਵਾਰ ਫਿਰ ਪਠਾਨਕੋਟ ਤੋਂ ਵੀ ਆਏ ਹੋਏ ਹਨ, ਮੇਰਾ ਖਿਆਲ ਸ਼ਾਇਦ ਮੈਂ ਕਈਆਂ ਦਾ ਜੇ ਨਾਂ ਨਾ ਲਾਵਾਂ, ਤਾਂ ਜਿਵੇਂ ਉਹਨਾਂ ਨੇ ਕਿਹਾ ਕਿ ਗੁਰੂ ਮਹਾਰਾਜ ਜਾਣਦੇ ਹਨ ਕਿ ਕਿਹਨਾਂ ਕਿਹਨਾਂ ਦੀ ਹਾਜ਼ਰੀ ਹੈ। ਸੋ ਇੰਨਾ ਕੁਛ ਹੀ ਕਹਿੰਦਾ ਹੋਇਆ ਕਿ ਮੈਂ ਤਾਂ ਜਾ ਚੁੱਕਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ